ਪਿਆਰ ਨਾਲ ਸਭ ਤੋਂ ਪਹਿਲਾਂ ਜੋੜੋ ਦੋਵੇਂ ਹੱਥ ਅਦਬ ਸਤਿਕਾਰ ਦੇ ਨਾਲ ਬੜੀ ਬੁਲੰਦ ਆਵਾਜ਼ ਵਿੱਚ ਅਤੇ ਨਾਲ ਨਿਮਰਤਾ ਸਹਿਤ ਸਾਰੀ ਸੰਗਤ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਕੀਰਤਨ ਦੀ ਆਰੰਭਤਾ 4-5 ਮਿੰਟ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜ ਕੇ ਕਰੀਏ। ਔਰ ਜਿਵੇਂ ਬੱਚੇ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਆਪਣੇ ਬਾਪ ਨੂੰ ਆਪਣੇ ਪਿਤਾ ਨੂੰ ਡੈਡੀ ਨੂੰ ਜੀ ਜੀ ਕਹਿ ਕੇ ਕਈ ਵਾਰੀ ਬੁਲਾਉਂਦਾ ਜੀ ਜੀ ਕਹਿ ਕੇ, ਉਸ ਦਿਨ ਬਾਪ ਵੀ ਸਮਝ ਜਾਂਦਾ ਲੱਗਦਾ ਇਹਨੂੰ ਕੋਈ ਖਾਸ ਚੀਜ਼ ਚਾਹੀਦੀ, ਇੰਨੇ ਲਾਡ ਲੜਾ ਰਿਹਾ ਅਤੇ ਸਾਹਮਣੇ ਕੌਣ ਬੈਠੇ ਨੇ? ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਕਲਗੀਧਰ ਪਿਤਾ। ਇੱਕ ਵਾਰੀ ਬੋਲੋ ਵਾਹਿਗੁਰੂ, ਵਾਹਿਗੁਰੂ, ਫਿਰ ਗੱਜ ਕੇ ਬੋਲੋ ਵਾਹਿਗੁਰੂ। ਆਓ ਕਲਗੀਧਰ ਬਾਪੂ ਜੀ ਨੂੰ ਵੀ ਵਾਹਿਗੁਰੂ ਵਾਹਿਗੁਰੂ ਨੂੰ ਵੀ ਜੀ ਜੀ ਕਹਿ ਕੇ ਬੁਲਾਈਏ ਅਤੇ ਜੋ ਜੋ ਵੀ ਤੁਹਾਡੇ ਅੰਦਰਲੀਆਂ ਮੰਗਾਂ ਨੇ ਗੁਰੂ ਦੇ ਅੱਗੇ ਰੱਖਿਓ। ਮੇਰੀ ਬੇਨਤੀ ਭੈਣਾਂ ਦੇ ਚਰਨਾਂ 'ਚ ਥੋੜ੍ਹਾ ਥੋੜ੍ਹਾ ਅੱਗੇ ਅੱਗੇ ਆ ਜਾਓ, ਬਚਨ ਮੰਨੋ, ਅੱਗੇ ਅੱਗੇ ਹੋ ਜਾਓ ਸਾਰੀਆਂ। ਵੀਰਾਂ ਨੂੰ ਵੀ ਬੇਨਤੀ ਥੋੜ੍ਹਾ ਥੋੜ੍ਹਾ ਗਾਂਹ ਗਾਂਹ ਹੋ ਜਾਓ, ਆਪਾਂ ਸਭ ਨੇ ਰਲ ਕੇ ਕੀਰਤਨ ਕਰਨਾ। ਜਿਹੜੀ ਸੰਗਤ ਬਾਅਦ ਵਿੱਚ ਆਵੇ ਉਹ ਪਿੱਛੇ ਸਜਦੇ ਜਾਣਗੇ। ਕਰਿਓ ਕਿਰਪਾ, ਅੱਜ ਵਾਹਿਗੁਰੂ ਨੂੰ ਵੀ ਨਾ ਜੀ ਜੀ ਕਹਿ ਕੇ ਬੁਲਾਇਓ ਸਾਰੇ, ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਬੜੇ ਪਿਆਰ 'ਚ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਬੋਲੋ ਜੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਲਓ ਹਾਜ਼ਰੀਆਂ, ਵਾਹਿਗੁਰੂ ਜੀ, 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 ਸਾਰੇ
ਕਿਰਪਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਤੇਰਾ ਸਭ ਸਦਕਾ ਵਾਹਿਗੁਰੂ ਜੀ ਤੇਰਾ ਸਭ ਸਦਕਾ ਵਾਹਿਗੁਰੂ ਜੀ ਤੇਰੀ ਸਭ ਕਿਰਪਾ ਵਾਹਿਗੁਰੂ ਜੀ ਤੇਰੀ ਸਭ ਕਿਰਪਾ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ, ਵਾਹਿਗੁਰੂ ਜੀ, ਬਲਿਹਾਰ ਵਾਹਿਗੁਰੂ ਜੀ, ਰੱਜ ਕੇ ਵਾਹਿਗੁਰੂ ਜੀ, ਵਾਹਿਗੁਰੂ, ਘੜੀਆਂ ਮੁੜ ਨਹੀਂ ਲੱਭਣੀਆਂ, ਲੈ ਲਓ ਲਾਹਾ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਬੋਲੋ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਪਿਆਰਾ ਵਾਹਿਗੁਰੂ ਜੀ, ਬੜਾ ਸੋਹਣਾ ਵਾਹਿਗੁਰੂ ਜੀ, ਉਹ ਮਨ ਮੋਹਣਾ ਵਾਹਿਗੁਰੂ ਜੀ, ਦਿਲਾਂ ਦਾ ਜਾਨੀ ਵਾਹਿਗੁਰੂ ਜੀ, ਉਹ ਅੰਤਰ ਜਾਮੀ ਵਾਹਿਗੁਰੂ ਜੀ, ਜਿਕਨ ਲਗੀਆਂ ਵਾਲਾ ਵਾਹਿਗੁਰੂ ਜੀ, ਉਹ ਬਾਜਾ ਵਾਲਾ ਵਾਹਿਗੁਰੂ ਜੀ, ਸਭ ਦਾ ਦਾਤਾਰ ਵਾਹਿਗੁਰੂ ਜੀ, ਆਪ ਨਿਰੰਕਾਰ ਵਾਹਿਗੁਰੂ ਜੀ, ਘੱਟ ਘੱਟ ਵਿੱਚ ਵਸਦਾ ਵਾਹਿਗੁਰੂ ਜੀ, ਉਹ ਅੰਤਰ ਜਾਮੀ ਵਾਹਿਗੁਰੂ ਜੀ, ਅਨੰਦਪੁਰ ਵਾਲਾ ਵਾਹਿਗੁਰੂ ਜੀ, ਪਟਨੇ ਵਾਲਾ ਗੁਰੂ ਜੀ, ਮੇਰਾ ਮਾਹੀ ਸੋਹਣਾ ਵਾਹਿਗੁਰੂ ਜੀ, ਜੀ ਕਰਿਓ ਕਿਰਪਾ ਪਿਆਰ ਚ ਖਾਲਸੇ ਦਾ ਸਾਜਨਾ ਦਿਵਸ ਬੜੇ ਪਿਆਰ ਨਾਲ ਸਾਰੇ ਗੁਰਮੁਖ ਪਿਆਰਿਆਂ ਨੇ ਉੱਦਮ ਕੀਤਾ ਅਤੇ ਕੋਈ ਰਸਨਾ ਵੰਝੀ ਨਾ ਰਹੇ, ਸਾਰੇ ਬੜੇ ਪਿਆਰ 'ਚ ਕੀਰਤਨ ਦੀ ਹਾਜ਼ਰੀ ਲਾਇਓ, ਸਾਰੀ ਸੰਗਤ ਬੋਲਿਓ ਜੀ, ਪ੍ਰਗਟੇ ਖਾਲਸਾ ਪਰਮਾਤਮ ਕੀ ਮਾਜ, ਪੜੋ, ਪ੍ਰਗਟੇ ਖਾਲਸਾ ਪਰਮਾਤਮ ਕੀ ਮਾਜ, ਪ੍ਰਗਟੇ ਖਾਲਸਾ ਪਰਮਾਤਮ ਕੀ ਮਾਜ, ਪ੍ਰਗਟੇ ਖਾਲਸਾ ਪਰਮਾਤਮ ਕੀ ਮਾਜ, ਪਰਮਾਤਮ ਕੀ ਕੇ ਪ੍ਰਗਟੇ ਖਾਲਸਾ ਪਰਮਾਤਮ ਕੀ ਮਾਜ, ਪਰਮਾ
ਚਮਕੀ ਮੌਜ ਖਾਲਸਾ ਅਕਾਲ ਪੁਰਖ ਕੀ ਪ੍ਰਗਟੇ ਖਾਲਸਾ ਪਰਮਾਤਮਾ ਕੀ ਮੌਜ ਪੜੋ ਖਾਲਸਾ ਅਕਾਲ ਪ੍ਰਗਟੇ ਖਾਲਸਾ ਪਰਮਾਤਮਾ ਕੀ ਮੌਜ ਪਰਮਾਤਮਾ ਕੀ ਮੌਜ ਪ੍ਰਗਟੇ ਖਾਲਸਾ ਪਰਮਾਤਮਾ ਕੀ ਮੌਜ ਪ੍ਰਗਟੇ ਖਾਲਸਾ ਪਰਮਾਤਮ ਕੀ ਮੌਜ ਪ੍ਰਗਟੇ ਖਾਲਸਾ ਪਰਮਾਤਮ ਕੀ ਮੌਜ ਪਰਮਾਤਮ ਕੀ ਮੌਜ ਸਾਰੇ ਕੀਰਤਨ ਕਰੋ ਪ੍ਰਗਟੇ ਖਾਲਸਾ ਪਰਮਾਤਮ ਕੀ ਮੌਜ ਪਰਮਾਤਮ ਕੀ ਮੌਜ ਜਬ ਲਗ ਖਾਲਸਾ ਰਹੇ ਨੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਦਿਓ ਮੈਂ ਸਾਰਾ ਪ੍ਰਗਟੇ ਖਾਲਸਾ ਪਰਮਾਤਮ ਕੀ ਮੌਜ ਪ੍ਰਗਟੇ ਖਾਲਸਾ ਪਰਮਾਤਮ ਕੀ ਮੌਜ ਪ੍ਰਗਟੇ ਖਾਲਸਾ ਪਰਮਾਤਮ ਕੀ ਮੌਜ ਪਰਮਾਤਮ ਕੀ ਮੌਜ ਪ੍ਰਗਟੇ ਪਰਮਾਤਮ ਕੀ ਮੌਜ ਪਰਮਾਤਮ ਕੀ ਮੌਜ
ਉਹ ਜਬ ਇਹ ਕਹੇ ਬਿਪਰਨ ਕੀ ਰੀਤ ਮੈਂ ਨ ਕਰੂੰ ਇਨਕੀ ਪਰਤੀਤ ਪੜੋ ਜਬ ਇਹ ਕਹੇ ਬਿਪਰਨ ਕੀ ਰੀਤ ਮੈਂ ਨ ਕਰੂੰ ਇਨਕੀ ਪਰਤੀਤ ਇਨਕੀ ਪਰਤੀਤ ਪ੍ਰਗਟੇ ਉਹ ਖਾਲਸਾ ਸਾਰੇ ਪਰਮਾਤਮਾ ਕੀ ਮੌਜ ਪਰਮਾਤਮਾ ਕੀ ਮੌਜ ਪ੍ਰਗਟੇ ਖਾਲਸਾ ਪਰਮਾਤਮਾ ਕੀ ਮੌਜ ਪਰਮਾਤਮਾ ਕੀ ਮੌਜ ਪ੍ਰਗਟੇ ਖਾਲਸਾ ਪਰਮਾਤਮਾ ਕੀ ਮੌਜ ਪਰਮਾਤਮਾ ਕੀ ਕਈ ਨਹੀਂ ਬੋਲ ਰਹੇ ਵਾਹਿਗੁਰੂ ਵਾਹਿਗੁਰੂ ਤੁਹਾਡੀ ਆਵਾਜ਼ ਆਵੇ ਸਭ ਦੀ ਵਾਹਿਗੁਰੂ ਵਾਹਿਗੁਰੂ ਅੱਗੇ ਥਾਸ ਵਾਹਿਗੁਰੂ ਫਿਰ ਵੀਰ ਵਾਹਿਗੁਰੂ ਫਿਰ ਭੈਣਾ ਬੋਲਿਓ ਗੱਜ ਕੇ ਵਾਹਿਗੁਰੂ 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 ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਤੁਹਾਨੂੰ ਵੀ ਤੇ ਭੈਣੋ ਤੁਹਾਨੂੰ ਵੀ ਬੇਨਤੀ ਥੋੜਾ ਗੱਜ ਕੇ ਕੀਰਤਨ ਕਰੋ ਗੱਜ ਕੇ ਥੋੜਾ ਜਿਹਾ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਬੋਲੋ ਭੈਣਾ ਧੰਨ ਹੈ ਸ਼ਾਬਾਸ਼ ਤੇਰਾ ਪੰਥ ਖਾਲਸਾ ਧੰਨ ਹੈ 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 ਤੇਰਾ ਪੰਥ ਆਹ
ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਬੋਲੋ ਭੈਣੋ ਧੰਨ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਖਾਲਸਾ ਮੇਰਾ ਮੁੱਖ ਹੈ ਅੰਗਾ ਦੇਖੋ ਕਿੰਨਾ ਮਾਣ ਖਾਲਸੇ ਨੂੰ ਦਿੱਤਾ ਮੇਰਾ ਮੁੱਖ ਹੈ ਮੇਰੇ ਅੰਗ ਨੇ ਮੇਰਾ ਖਾਲਸਾ ਖਾਲਸਾ ਮੇਰਾ ਮੁੱਖ ਹੈ ਖਾਲਸੇ ਕੇ ਕੋ ਸਤ ਸਤ ਸੰਗਾ ਖਾਲਸਾ ਮੇਰਾ ਇਸ਼ਕ ਸੁਹਿਰਦ ਖਾਲਸਾ ਮੇਰਾ ਕਹੀਅਤ ਬਿਰਦ ਖਾਲਸਾ ਮੇਰਾ ਪਛਿਅਰ ਪਾਤਾ ਖਾਲਸਾ ਮੇਰਾ ਸੁਖ ਅਹਿਲਾਦਾ ਕਿੰਨਾ ਮਾਣ ਖਾਲਸਾ ਮੇਰਾ ਮਿੱਤਰ ਸਖਾਈ ਖਾਲਸਾ ਮਾਤ ਪਿਤਾ ਸੁਖਦਾਈ ਖਾਲਸਾ ਮੇਰੀ ਸੋਭਾ ਸੀਲਾ ਖਾਲਸਾ ਪੰਧ ਖਾਲਸਾ ਪੰਧ ਸਖਾ ਸਦ ਡੀਲਾ ਖਾਲਸਾ ਮੇਰੀ ਜਾਤਿ ਅਨਪਤ ਖਾਲਸਾ ਸੋਮਾ ਕੋ ਉਤਪਤ ਖਾਲਸਾ ਮੇਰੋ ਭਵਨ ਭੰਡਾਰਾ ਖਾਲਸਾ ਕਰ ਮੇਰੋ ਸਤਕਾਰਾ ਅੱਗੇ ਖਾਲਸਾ ਮੇਰੋ ਸੱਜਣ ਪਰਵਾਰਾ ਖਾਲਸਾ ਮੇਰੋ ਕਰਤੀ ਉਧਾਰਾ ਅੱਗੇ ਹੱਦਾਂ ਮੁਕਾਤੀਆਂ ਕੀ ਕਹਿੰਦੇ ਓ ਖਾਲਸਾ ਮੇਰਾ ਮੇਰਾ ਪਿੰਡਾ ਮੇਰੇ ਪ੍ਰਾਣ ਅੱਗੇ ਓ ਖਾਲਸਾ ਮੇਰੀ ਜਾਨ ਕੀ ਜਾਨ ਮੇਰਾ ਪੰਚ ਖਾਲਸਾ ਧੰਨ ਹੈ ਮੇਰਾ ਪੰਚ ਖਾਲਸਾ ਧੰਨ ਹੈ ਬੋਲੋ ਵੀਰੋ ਪੰਥ ਖਾਲਸਾ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਸਾਰੀਆਂ ਭੈਣਾਂ ਤੇਰਾ ਮਾਨ ਮਹੱਤ ਮੇਰੀ ਖਾਲਸਾ ਸਹੀ ਖਾਲਸਾ ਮੇਰੋ ਸਵਾਰਥ ਸਹੀ ਖਾਲਸਾ ਮੇਰੋ ਕਰੇ ਨਿਰਪਾ ਖਾਲਸਾ ਮੇਰੋ ਦੇ ਅਰਸਾ ਖਾਲਸਾ ਮੇਰੋ ਧਰਮ ਅਰ ਕਰਮ ਖਾਲਸਾ ਮੇਰੋ ਭੇਦ ਨਿਜ ਭਰਮ ਓ ਖਾਲਸਾ ਮੇਰੋ ਦੇਖੋ ਹੱਦਾਂ ਟਪਾਈਆਂ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਉਹ ਦੁਨੀਆਂ ਤੇ ਜਿਹੜਾ ਗੁਰੂ ਸੀ ਸਾਰੀ ਜ਼ਿੰਦਗੀ ਗੁਰੂ ਰਿਹਾ ਚੇਲਾ ਚੇਲਾ ਰਿਹਾ ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਸੇਵਕਾਂ ਨੂੰ ਇੰਨਾ ਮਾਣ ਕੀ ਕਹਿੰਦੇ ਓ ਖਾਲਸਾ ਖਾਲਸਾ
ਖਾਲਸਾ ਮੇਰੋ ਸਤਿਗੁਰ ਪੂਰਾ। ਵੇਖੋ ਸਤਿਗੁਰੂ ਦਾ ਦਰਜਾ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਪੁੱਤ ਅਰਗਿਆਨ, ਖਾਲਸੇ ਕਾਹੋ ਧਰੋ ਧਿਆਨ, ਉਪਮਾ ਖਾਲਸੇ ਜਾਤ ਨਾ ਕਹੀ, ਜੇਵਾ ਏਕ ਪਾਰ ਨੈ ਨਹੀਂ। ਤੇਰਾ ਪੰਥ ਖਾਲਸਾ ਧਨ ਹੈ, ਤੇਰਾ ਪੰਥ ਖਾਲਸਾ ਧਨ ਹੈ, ਤੇਰਾ ਪੰਥ ਖਾਲਸਾ ਧਨ ਹੈ। ਵੀਰੋ ਗੱਜ ਕੇ ਬੋਲੋ, ਗੱਜ ਕੇ ਸਾਰੀਆਂ ਭੈਣਾਂ, ਤੇਰਾ ਪੰਥ ਵਾਹ, ਤੇਰਾ ਪੰਥ ਖਾਲਸਾ ਧਨ ਹੈ, ਤੇਰਾ ਪੰਥ ਖਾਲਸਾ ਧਨ ਹੈ, ਪੰਥ ਖਾਲਸਾ ਧਨ ਹੈ। ਵੀਰੋ ਗੱਜੋ ਗੱਜੋ, ਤੇਰਾ ਪੰਥ ਖਾਲਸਾ ਧਨ ਹੈ, ਸਾਰੀਆਂ ਭੈਣਾਂ, ਤੇਰਾ ਪੰਥ ਸੇਸ ਰਸਨ ਸਾਰਦ ਸੀ ਪੁੰਦ ਤਦਬ, ਨਾ ਉਪਮਾ ਪਰਣਤ ਸੁਧ, ਯਾ ਮੈਂ ਰੰਚ ਨਾ ਮਿਥਿਆ ਭਾਖੀ। ਕਹਿੰਦੇ ਇਹਦੇ ਵਿੱਚ ਰੰਚਕ ਮਾਤਰ ਦੀਆਂ ਝੂਠੀਆਂ ਗੱਲਾਂ ਨਹੀਂ ਜਿਹੜੀਆਂ ਮੈਂ ਕੀਤੀਆਂ। ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰਾ ਸਤਿਗੁਰ ਪੂਰਾ। ਕਹਿੰਦੇ ਯਾ ਮੈਂ ਰੰਚ ਨਾ ਮਿਥਿਆ ਭਾਖੀ, ਕੋਈ ਮਿਥਿਆ ਸ਼ਬਦ ਕੋਈ ਝੂਠੀ ਗੱਲ ਨਹੀਂ ਮੈਂ ਕਹੀ। ਫਿਰ ਅੱਗੇ ਪਾਰ ਪਰਮ ਗੁਰੂ ਨਾਨਕ ਸਾਖੀ, ਰੋਮ ਰੋਮ ਜੇ ਰਸਨਾ ਪਾਉ। ਕਹਿੰਦੇ ਜੇ ਰੋਮ ਰੋਮ ਵੀ ਮੇਰੀ ਰਸਨਾ ਬਣ ਜੇ, ਤਦਪ ਖਾਲਸਾ ਜਸ ਤੈ ਗਾਉ, ਹੋ ਖਾਲਸੇ ਕਾ। ਦੇਖੋ ਕਲਗੀਆਂ ਵਾਲਾ ਕਹਿ ਰਿਹਾ, ਹੋ ਖਾਲਸੇ ਕਾ ਖਾਲਸਾ ਮੇਰਾ, ਮੈਂ ਖਾਲਸੇ ਦਾ ਖਾਲਸਾ ਮੇਰਾ। ਓਤ ਪੋਤ ਸਾਗਰ ਬੁੰਦੇ ਰੋ, ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੁੰਦੇ ਰੋ, ਤੇਰਾ ਪੰਥ ਖਾਲਸਾ ਧਨ ਹੈ, ਤੇਰਾ ਪੰਥ ਖਾਲਸਾ ਗੱਜ ਕੇ, ਤੇਰਾ ਪੰਥ ਖਾਲਸਾ ਧਨ ਹੈ, ਤੇਰਾ ਪੰਥ ਖਾਲਸਾ ਧਨ। ਸਾਰੀਆਂ ਭੈਣਾਂ, ਤੇਰਾ ਪੰਥ ਕਲਗੀਆਂ ਵਾਲਾ ਧਨ ਹੈ, ਬਾਜਾਂ ਵਾਲਾ ਧਨ ਹੈ, 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 ਧਨ ਹੈ ਧਨ ਹੈ ਧਨ ਹੈ, ਗੁਰੂ ਗੋਬਿੰਦ ਸਿੰਘ ਜੀ ਧਨ ਹੋਵੇ, ਧਨ ਹੈ ਧਨ ਹੈ ਧਨ ਹੈ, ਗੁਰੂ ਗੋਬਿੰਦ ਸਿੰਘ ਜੀ ਧੰਨ ਹੈ। ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਸਾਰੇ ਕੀਰਤਨ ਕਰੋ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਓ ਬਲਿਹਾਰੀ, ਬਲਿਹਾਰੀ ਬਲਿਹਾਰੀ ਜੀ ਬਲਿਹਾਰੀ।
ਕਲਗੀਆਂ ਵਾਲੇ ਦੇ ਲਾਡ ਵਿੱਚ ਤੁਹਾਡੀ ਆਵਾਜ਼ ਸੁਣਨੀ ਸਭ ਦੀ ਵਾਹਿਗੁਰੂ 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 ਪ੍ਰਗਟੇ ਓ ਖਾਲਸਾ ਪਰਮਾਤਮ ਕੀ ਮਾਜ ਪ੍ਰਗਟੇ ਓ ਖਾਲਸਾ ਪੜੋ ਪਰਮਾਤਮ ਕੀ ਮਾਜ ਪ੍ਰਗਟੇ ਪਰਮਾਤਮ ਕੀ ਮਾਜ ਪਰਮਾਤਮ ਕੀ ਮਾਜ ਸਰ ਬੋਲ ਜੀ ਪ੍ਰਗਟੇ ਖਾਲਸਾ ਪਰਮਾਤਮ ਕੀ ਮਾਜ ਪਰਮਾਤਮ ਕੀ ਮਾਜ ਸਾਰੀ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰ ਔਰ ਸਤਿਕਾਰ ਦੇ ਵਿੱਚ ਕਰੋ ਆਪੋ ਆਪਣੀ ਰਸਨਾ ਨੂੰ ਪਵਿੱਤਰ ਸਾਰੀ ਸੰਗਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਅਗਰ ਅਜੇ ਵੀ ਕੋਈ ਰਹਿ ਗਿਆ ਬਚਨ ਮੰਨੋ ਇੱਕ ਵਾਰੀ ਸਾਰੀ ਸੰਗਤ ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਖਾਲਸੇ ਪੰਥ ਦਾ ਸਾਜਨਾ ਦਿਵਸ ਵੀ ਅਤੇ ਇਹ ਗੁਰਮੁਖ ਪਿਆਰੇ ਆਪਣੀ ਸਭਾ ਸੁਸਾਇਟੀ ਜੋ ਗੁਰਮੁਖਾਂ ਨੇ ਬਣਾਈ ਜਥੇਬੰਦੀ ਉਹਦੀ ਪੰਜਵੀਂ ਵਰ੍ਹੇਗੰਢ ਵੀ ਮਨਾ ਰਹੇ ਨੇ ਸਾਰਿਆਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਕਿਉਂਕਿ ਕੇਵਲ ਅਤੇ ਕੇਵਲ ਇੱਕ ਤੁਸੀਂ ਹੋ ਜਿਹੜਾ ਆਪਣਾ ਜਨਮਦਿਨ ਆਪ ਮਨਾਉਂਦੇ ਹੋ ਕਹਿੰਦੇ ਵਾਹਿਗੁਰੂ ਵਾਹਿਗੁਰੂ ਦੁਨੀਆ 'ਤੇ ਕੋਈ ਵੀ ਕੌਮ ਐਸੀ ਨਹੀਂ ਜਿਹੜਾ ਆਪਣਾ ਸਾਜਨਾ ਦਿਵਸ ਆਪਣਾ ਜਨਮਦਿਨ ਮਨਾਉਂਦੀ ਹੋਵੇ ਕੇਵਲ ਤੁਸੀਂ ਹੋ ਤੁਸੀਂ ਔਰ
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਰੋੜਾਂ ਵਾਰੀ ਰੋਮ ਰੋਮ ਰਾਈ ਵੀ ਜੇ ਰੋਜ਼ਾਨਾ ਸ਼ੁਕਰਾਨੇ ਕਰੋ ਨਾ ਤਾਂ ਵੀ ਅਸੀਂ ਬਾਜਾਂ ਵਾਲੇ ਪਿਤਾ ਦੀਆਂ ਦੇਣੀਆਂ ਨਹੀਂ ਦੇ ਸਕਦੇ। ਕਹਦੇ ਵਾਹਿਗੁਰੂ, ਤਾਂ ਵੀ ਦੇਣੀਆਂ ਨਹੀਂ ਦੇ ਸਕਦੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਗਰੀਬਾਂ ਦੇ ਉੱਤੇ ਆਹ ਕਿਰਪਾ ਕੀਤੀ। ਨਹੀਂ ਤਾਂ ਇਹੋ ਜਿਹਾ ਹਾਲ ਸੀ ਜਦੋਂ ਮਹਾਰਾਜ ਨੇ ਪੰਜ ਪਿਆਰੇ ਥਾਪੇ ਆ। ਸੁਣਿਓ ਧਿਆਨ ਨਾਲ, ਪੰਜ ਪਿਆਰੇ ਸਾਜੇ, 80,000 ਸੰਗਤ ਦੇ ਇਕੱਠ ਵਿੱਚ ਗਰਜਵੀਂ ਆਵਾਜ਼ ਮਾਰੀ ਸੀ ਇੱਕ ਸੀਸ ਚਾਹੀਦਾ, ਅਤੇ ਸੰਗਤ ਦੇ ਵਿੱਚ ਹਿਲਜੁਲ ਹੋ ਗਈ ਸੀ। ਹਿਲਜੁਲ ਕਿ ਅੱਜ ਮਹਾਰਾਜ ਨੂੰ ਕੀ ਹੋ ਗਿਆ, ਚਿਹਰੇ 'ਤੇ ਪੂਰੀ ਲਾਲੀ, ਪੂਰਾ ਜਲਾਲ। ਜਦੋਂ ਗਰਜਵੀਂ ਆਵਾਜ਼ ਵਿੱਚ ਮਹਾਰਾਜ ਨੇ ਆਵਾਜ਼ ਮਾਰੀ ਉੱਚੀ ਸਾਰੀ, ਸ਼ੇਰ ਵਾਂਗੂ ਗਰਜਿਆ ਪਿਤਾ, ਜਾਂ ਇੱਦਾਂ ਕਹਿ ਲਓ ਜਿਵੇਂ ਬੱਦਲ ਗਰਜਦੇ ਹਨ ਉੱਦਾਂ ਗਰਜਿਆ ਪਿਤਾ। ਅਤੇ ਪਿਆਰਿਓ, ਫਿਰ ਇੱਕ ਉੱਠਿਆ ਦਇਆ ਰਾਮ। ਕਹਿੰਦੇ ਵਾਹਿਗੁਰੂ, ਜਦੋਂ ਦਇਆ ਰਾਮ ਉੱਠਿਆ ਨਾ, ਮਹਾਰਾਜ ਕਹਿੰਦੇ ਸੀਸ ਚਾਹੀਦਾ, ਕਹਿੰਦਾ ਹਾਜ਼ਰ ਹੈ। ਦਇਆ ਰਾਮ, ਸੀਸ ਤੇਰਾ ਮੰਗ ਰਿਹਾ। ਉਹ ਕਹਿੰਦਾ ਸੀਸ ਮੇਰਾ ਹਾਜ਼ਰ ਹੈ ਮਹਾਰਾਜ। ਅਤੇ ਮਹਾਰਾਜ ਗਏ ਤੰਬੂ ਦੇ ਵਿੱਚ, ਤੰਬੂ ਲੱਗਿਆ ਸੀ, ਪਰਦੇ ਦੇ ਪਿੱਛੇ ਲੈ ਗਏ। ਆਵਾਜ਼ ਆਈ ਕੁਝ ਝਟਕਾਉਣ ਦੀ, ਕਿਸੇ ਦੇ ਉੱਤੇ ਵਾਰ ਕਰਨ ਦੀ। ਮਹਾਰਾਜ ਆ ਗਏ ਬਾਹਰ, ਸ਼ਮਸ਼ੀਰ ਲਹੂ ਦੇ ਨਾਲ ਭਿੱਜੀ ਪਈ। ਕਹਿੰਦੇ ਵਾਹਿਗੁਰੂ, ਵਾਹਿਗੁਰੂ। ਸਾਰੇ ਬੜੇ ਹੈਰਾਨ, ਮਹਾਰਾਜ ਅੱਜ ਕੀ ਚੋਜ ਕਰ ਰਹੇ। ਕਈਆਂ ਦੀ ਤੇ ਮਨ ਮਤ ਤੇ ਇੰਨਾ ਮਤ ਤੇ ਅੱਜ ਪੜਦਾ ਪੈ ਗਿਆ ਕਈ ਲੋਕਾਂ ਦੀ। ਕਈ ਕਹਿ ਦਿੰਦੇ ਜੀ ਗੁਰੂ ਜੀ ਨੇ ਬੱਕਰੇ ਝਟਕਾਏ ਸੀ, ਬੱਕਰੇ ਝਟਕਾਏ। ਮੈਂ ਕਹਿੰਦਾ ਉਹ ਮੂਰਖ ਲੋਕ ਨੇ। ਕਹਿੰਦੇ ਵਾਹਿਗੁਰੂ, ਜਿਹੜੇ ਕਹਿੰਦੇ ਆ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਬੱਕਰੇ ਝਟਕਾਏ, ਉਹ ਮੂਰਖ ਲੋਕ ਨੇ। ਮੂਰਖ ਤੁਸੀਂ ਸਿਆਣੇ ਹੋ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਨਾਨਕ ਸਾਹਿਬ, ਗੁਰਦੇਵ ਪਿਤਾ ਗੁਰਬਾਣੀ 'ਚ ਸਾਨੂੰ ਕਹਿੰਦੇ ਨੇ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਉਹ ਪੰਜਾਂ ਪਿਆਰਿਆਂ ਦੇ ਸੀਸ ਮੰਗ ਕੇ ਅੰਦਰ ਬੱਕਰੇ ਝਟਕਾਏਗਾ, ਝੂਠੀ ਗੱਲ ਕਰੇਗਾ? ਅਤੇ ਉਸ ਜਗ੍ਹਾ 'ਤੇ ਕੋਈ ਬੱਕਰਿਆਂ ਦਾ ਇਕੱਠ ਨਹੀਂ ਸੀ, ਸੰਗਤ ਦਾ ਇਕੱਠ ਸੀ। ਅਤੇ ਸੰਗਤ ਦੇ ਵਿੱਚੋਂ ਸੀਸ ਮੰਗੇ, ਸੰਗਤ ਦੇ ਵਿੱਚੋਂ ਬੱਕਰੇ ਨਹੀਂ ਝਟਕਾਏ, ਪੰਜਾਂ ਪਿਆਰਿਆਂ ਦੇ ਸੀਸ ਉਤਾਰੇ ਤੇ ਮੁੜ ਉਹਨਾਂ ਨੂੰ ਸੁਰਜੀਤ ਕੀਤਾ। ਕਹਿੰਦੇ ਵਾਹਿਗੁਰੂ, ਵਾਹਿਗੁਰੂ। ਮਹਾਰਾਜ ਦੇ ਵਿੱਚ ਪਾਵਰ ਏ, ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜੀ। ਸਾਰੇ ਬੋਲੋ ਸਤਿਗੁਰ ਮੇਰਾ ਮਾਰ ਜੀਵਾਲੇ। ਉਹ ਚਾਹਵੇ ਮ੍ਰਿਤਕ ਕੋ ਪਾਇਓ, ਤਨ ਸਾਸਾ ਬਿਸ਼ਰਤ ਆਨ ਮਿਲਾਇਆ। ਉਹ ਚਾਹਵੇ ਪ੍ਰਭ ਭਾਵੇ, ਬਿਨ ਸਾਸ ਤੇ ਰੱਖੇ ਕੀ ਨਹੀਂ ਕਰ ਸਕਦਾ। ਹਾਂਜੀ, ਪੰਜਾਂ ਦੇ ਸੀਸ ਉਤਾਰੇ। ਮੈਂ ਗੱਲ ਛੋਟੀ ਕਰਾਂ, ਜਿਹੜੀ ਗੱਲ 'ਤੇ ਅੱਜ ਮੈਂ ਆਉਣਾ ਤੁਹਾਡੇ ਨਾਲ, ਜਿਹੜੀ ਗੱਲ ਥੋੜ੍ਹੇ ਜਿਹੇ ਮਿੰਟਾਂ ਨੇ ਕਰਨੀ ਹੈ। 10:30 ਦਾ ਸਮਾਂ ਸਮਾਪਤੀ ਦਾ, 20 ਕੁ ਮਿੰਟ ਨੇ ਤਕਰੀਬਨ ਬਾਕੀ, ਅਤੇ ਮੈਂ ਸਮੇਂ ਤੋਂ ਤਾਂ ਨਹੀਂ ਜਾਣਾ। ਥੋੜ੍ਹਾ ਜਿਹਾ ਮਨਾਂ ਨੂੰ ਟਿਕਾਇਓ, ਇੱਕ ਵਾਰੀ ਗੱਜ ਕੇ ਬੋਲੋ ਵਾਹਿਗੁਰੂ, ਵਾਹਿਗੁਰੂ। ਨਹੀਂ ਇੱਦਾਂ ਨਹੀਂ, ਗੱਜ ਕੇ ਬੋਲੋ ਵਾਹਿਗੁਰੂ, ਫਿਰ ਗੱਜ ਕੇ ਬੋਲੋ ਵਾਹਿਗੁਰੂ। ਪੰਜ ਪਿਆਰੇ ਮਹਾਰਾਜ ਜੀਆਂ ਨੇ ਸਾਜੇ ਵਾਰ ਵਾਰ, ਪੰਜ ਉੱਠੇ ਦਇਆ ਰਾਮ ਤੋਂ ਦਇਆ ਸਿੰਘ, ਹੈਂਜੀ ਧਰਮ ਚੰਦ ਤੋਂ ਧਰਮ ਸਿੰਘ, ਮੋਕਮ ਚੰਦ ਤੋਂ ਮੋਕਮ ਸਿੰਘ, ਹੈਂਜੀ ਹਿੰਮਤ ਰਾਏ ਤੋਂ ਹਿੰਮਤ ਸਿੰਘ, ਸਾਹਿਬ ਚੰਦ ਤੋਂ ਸਾਹਿਬ ਸਿੰਘ ਬਣਾਇਆ। ਕਹਿੰਦੇ ਵਾਹਿਗੁਰੂ, ਵਾਹਿਗੁਰੂ। ਗੱਲ ਇੱਥੇ ਖਤਮ ਨਹੀਂ ਹੋਈ, ਉਸ ਤੋਂ ਬਾਅਦ ਪੰਜਾਂ ਦੇ ਕੋਲ ਪੇਸ਼ ਹੋ ਕੇ ਆਪ ਵੀ ਅੰਮ੍ਰਿਤ ਦੀ ਦਾਤ ਲਈ। ਹਾਏ ਆਪ ਵੀ ਇੱਥੇ ਇੱਕ ਸਵਾਲ ਏ, ਹੁਣ ਤੁਸੀਂ ਸਿਆਣੇ ਹੋ, ਪੜ੍ਹੇ ਲਿਖੇ ਹੋ, ਕਦੀ ਵੀ ਬੇਅੰਮ੍ਰਿਤੀਆ ਅੰਮ੍ਰਿਤ ਸੰਚਾਰ ਨਹੀਂ ਕਰ ਸਕਦਾ। ਇੱਦਾਂ ਹੀ ਹੁੰਦਾ ਨਾ, ਪੰਜ ਅੰਮ੍ਰਿਤ ਧਾਰੀ ਗੁਰਸਿੱਖ ਹੋਣ ਹੋਈ ਅੰਮ੍ਰਿਤ ਛਕਾਉਣਗੇ ਨਾ। ਤੇ ਮਹਾਰਾਜ ਨੇ ਪਹਿਲੇ ਛਕਾਇਆ ਫਿਰ ਛਕਿਆ,
ਇਹਦਾ ਮਤਲਬ ਇਹ ਨਹੀਂ ਕਿ ਮਹਾਰਾਜ ਕੋਈ ਬੇਅਮ੍ਰਿਤੀ ਸੀ, ਨਹੀਂ, ਮਹਾਰਾਜ ਦੇ ਤੇ ਰੋਮ ਰੋਮ ਵਿੱਚ ਅੰਮ੍ਰਿਤ ਦਾ ਵਸ ਹੈ, ਆਪ ਰੋਮ ਰੋਮ ਦੇ ਵਿੱਚ ਉਹਨਾਂ ਦੇ ਅੰਮ੍ਰਿਤ ਵਰਸਦਾ ਹੈ। ਆਪ ਨਿਰੰਕਾਰ ਨੇ, ਪਰਮੇਸ਼ਰ ਨੇ ਪੰਜ ਪਿਆਰੇ ਥਾਪਣ ਤੋਂ ਬਾਅਦ ਇੱਕ ਸਾਨੂੰ ਸੁਣਿਆ ਦਿੱਤਾ, ਉਹ ਮੇਰੇ ਪਿਆਰਿਆ ਤੇਰੀ ਭਾਵੇਂ ਜਿੰਨੀ ਮਰਜ਼ੀ ਕਮਾਈ ਹੋ ਜੇ, ਜਿੰਨਾ ਮਰਜ਼ੀ ਤੇਰਾ ਬੰਦਗੀ ਵਾਲਾ ਜੀਵਨ 24 ਚੋਂ 24 ਘੰਟੇ ਕਿਉਂ ਨਾ ਸਿਮਰਨ ਕਰਨ ਵਾਲਾ ਬਣ ਜੀ, ਪਰ ਪੰਜਾਂ ਪਿਆਰਿਆਂ ਦੇ ਕੋਲ ਝੁੱਕ ਕੇ ਅੰਮ੍ਰਿਤ ਦੀ ਦਾਤ ਲੈਣ ਤੋਂ ਕਦੀ ਵੀ ਪਿੱਛੇ ਨਾ ਹੋਵੀਂ। ਕਹਿੰਦੇ ਵਾਹਿਗੁਰੂ, ਇਹ ਮਹਾਰਾਜ ਨੇ ਸਾਨੂੰ ਇਸ਼ਾਰਾ ਦਿੱਤਾ ਹੈ, ਇਸ਼ਾਰਾ ਤੇ ਇਸ਼ਾਰੇ ਨੂੰ ਕੌਣ ਕੌਣ ਅਜੇ ਤੱਕ ਸਮਝ ਪਾਇਆ, ਕਿੰਨੇ ਕਿੰਨੇ ਅੰਮ੍ਰਿਤ ਦੀ ਦਾਤ ਲਈ, ਕਿੰਨੇ ਕਿੰਨੇ ਨਹੀਂ ਲਈ, ਜਿੰਨੇ ਲਈ ਮੁਬਾਰਕ, ਜਿੰਨੇ ਨਹੀਂ ਲਈ ਜਲਦੀ ਤੋਂ ਜਲਦੀ ਗੁਰੂ ਵਾਲੇ ਬਣੋ। ਜਿਹੜੀ ਗੱਲ ਮੈਂ ਕਰਨੀ, ਇੱਕ ਵਾਰੀ ਬੋਲੋ ਵਾਹਿਗੁਰੂ। ਵਾਹਿਗੁਰੂ। ਪੰਜ ਪਿਆਰੇ ਸਾਜੇ, ਫਿਰ ਆਪ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਿਆ, ਗੋਬਿੰਦ ਰਾਏ ਤੋਂ ਬਣੇ ਗੋਬਿੰਦ ਸਿੰਘ। ਹੁਣ ਗੱਲਾਂ ਇੱਥੇ ਖਤਮ ਨਹੀਂ ਹੋਈਆਂ, ਗੱਲਾਂ ਤਾਂ ਇੱਥੋਂ ਸ਼ੁਰੂ ਹੋਈਆਂ ਨੇ, ਸ਼ੁਰੂ। ਕਈ ਕਹਿੰਦੇ ਜੀ ਅੰਮ੍ਰਿਤ ਛਕ ਲਿਆ ਕੰਮ ਮੁੱਕ ਗਿਆ, ਨਹੀਂ ਕੰਮ ਮੁੱਕਿਆ ਨਹੀਂ, ਅਜੇ ਤੂੰ ਸਕੂਲ ਵਿੱਚ ਦਾਖਲਾ ਲਿਆ, ਪੜ੍ਹਾਈਆਂ ਤੇ ਕਰਨੀਆਂ ਨੇ। ਕਹਿੰਦੇ ਵਾਹਿਗੁਰੂ, ਕਰਨੀਆਂ ਪੜ੍ਹਾਈਆਂ। ਮਹਾਰਾਜ ਪੜ੍ਹਾਈਆਂ ਕੀ ਕਰਾਂ? ਤੇ ਮਹਾਰਾਜ ਪਤਾ ਕੀ ਕਹਿੰਦੇ, ਇਹ ਸੁਣਿਓ ਧਿਆਨ ਨਾਲ, ਛੇ ਚੀਜ਼ਾਂ ਦੀ ਵਰਤੋਂ ਹੋਈ ਹੈ ਅੰਮ੍ਰਿਤ ਛਕਾਉਣ ਵੇਲੇ, ਛੇ ਚੀਜ਼ਾਂ ਦੀ। ਤੁਸੀਂ ਕਹੋਗੇ ਪੰਜ ਤੇ ਸੁਣੀਆਂ, ਛੇਵੀਂ ਕਿਹੜੀ ਆ ਗਈ? ਪੰਜ ਚੀਜ਼ਾਂ ਸਭ ਨੇ ਸੁਣੀਆਂ, ਖੰਡਾ ਬਾਟਾ ਪਾਣੀ ਬਾਣੀ ਤੇ ਪਤਾਸੇ, ਹੈ ਜੀ। ਛੇਵੀਂ ਕਿਹੜੀ, ਉਹ ਵੀ ਮੈਂ ਤੁਹਾਨੂੰ ਦੱਸਦਾ। ਇਹ ਜਿਹੜੀਆਂ ਪਹਿਲੀਆਂ ਪੰਜ ਨੇ ਜਿਹੜੀਆਂ ਬੋਲੀਆਂ, ਇਹ ਪੜ੍ਹਾਈ ਕਰਾ ਰਹੀਆਂ ਸਾਨੂੰ, ਅਗਲੇ ਸਟੈਪ ਨੇ ਸਾਡੇ, ਅਗਲੇ ਸਟੈਪ। ਤੂੰ ਅੰਮ੍ਰਿਤ ਛਕ ਲਿਆ, ਪੜ੍ਹਾਈ ਤੇਰੀ ਸ਼ੁਰੂ ਹੋਈ ਹੈ, ਕਲਾਸ 'ਚ ਸਕੂਲ 'ਚ ਦਾਖਲਾ ਲਿਆ, ਤੇ ਫਿਰ ਆਹ ਚੀਜ਼ਾਂ ਕੁਝ ਨਾ ਕੁਝ ਆਵਾਜ਼ ਮਾਰਦੀਆਂ ਨੇ, ਪਤਾ ਕੀ? ਬਾਟਾ ਕਹਿੰਦਾ ਵੱਡਾ ਹਿਰਦਾ ਰੱਖ। ਕਹਿੰਦੇ ਵਾਹਿਗੁਰੂ, ਵੱਡਾ ਹਿਰਦਾ ਰੱਖ, ਵੱਡਾ ਹਿਰਦਾ। ਜੋ ਤੈਂ ਮਾਰਨ ਮੁਖੀਆਂ, ਤਿੰਨਾਂ ਨਾ ਮਾਰੇ ਘੁੰਮ, ਹੈ ਜੀ। ਵੱਡਾ ਹਿਰਦਾ ਰੱਖ, ਅੰਦਰ ਬਰਦਾਸ਼ਤ ਸ਼ਕਤੀ ਰੱਖ। ਜੇ ਕੋਈ ਤੈਨੂੰ ਬੁਰਾ ਕਹਿ ਗਿਆ, ਉਹਦੀ ਬੁਰਿਆਈ ਦਾ ਜਵਾਬ ਬੁਰਿਆਈ ਨਾਲ ਨਾ ਦੇ, ਉਹਦੀ ਬੁਰਿਆਈ ਦਾ ਜਵਾਬ ਵੀ ਮਿੱਠੇ ਬੋਲਾਂ ਨਾਲ ਦੇ। ਕਹਿੰਦੇ ਵਾਹਿਗੁਰੂ, ਫਿਰ ਕੀ ਹੋਏਗਾ? ਫਰੀਦ ਸਾਹਿਬ ਕਹਿੰਦੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਏ। ਵੱਡਾ ਹਿਰਦਾ ਰੱਖ, ਜੇ ਤੈਨੂੰ ਕੋਈ ਗਲਤ ਬੋਲ ਹੀ ਗਿਆ ਨਾ, ਮੰਨ ਲੈ ਤੇਰਾ ਨਹੀਂ ਵੀ ਕਸੂਰ, ਬਰਦਾਸ਼ਤ ਕਰ ਲੈ, ਸਹਿਣ ਕਰ ਲੈ, ਸਹਿਣ ਸਹਿਣ ਕਰਨਾ, ਇਹ ਬੜਾ ਵੱਡਾ ਤਪ ਹੈ। ਕਹਿੰਦੇ ਵਾਹਿਗੁਰੂ, ਵਾਹਿਗੁਰੂ। ਮੈਂ ਸੱਚ ਕਹਿ ਰਿਹਾ, ਸਾਹਮਣੇ ਮੇਰਾ ਮਾਲਕ ਬੈਠਾ ਜੇ ਕਲਗੀਆਂ ਵਾਲਾ, ਆਪ ਚੌਂਕੜਾ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸੱਚ ਕਹਿ ਰਿਹਾ, ਇੱਕ ਇੱਕ ਲਫ਼ਜ਼ ਰੋਮ ਰੋਮ ਰਾਹੀਂ। ਮੇਰਾ ਹੈਂਡਲ ਗੁਰੂ ਜੀ ਨੇ ਇੱਧਰਲੇ ਪਾਸੇ ਪਤਾ ਨਹੀਂ ਕਿਉਂ ਮੁੜਾ ਦਿੱਤਾ, ਨਹੀਂ ਤਾਂ ਜਿਹੜੀ ਗੱਲ ਮੈਂ ਕਹਿ ਰਿਹਾ ਸਾਂ ਨਾ, ਦੋ ਵਾਰੀ ਸ਼ੁਰੂ ਕਰਦੇ ਹਾਂ, ਉੱਧਰ ਅਜੇ ਮੇਰਾ ਰੁੱਖ ਮੋੜ ਹੀ ਨਹੀਂ ਰਹੇ ਪਿਤਾ ਜੀ। ਇਹ ਕਿਉਂ ਇੱਦਾਂ ਮਾਹੌਲ ਬਣਾ ਰਹੇ ਨੇ? ਕਿਸੇ ਨਾ ਕਿਸੇ ਵਿੱਚ ਕੋਈ ਨਾ ਕੋਈ ਕਮੀ ਹੋਏਗੀ, ਅੱਜ ਸਾਹਿਬ ਨੇ ਕੱਢਣੀ ਹੈ। ਕਹਿੰਦੇ ਵਾਹਿਗੁਰੂ, ਇਹ ਮਹਾਰਾਜ ਜਾਣਦੇ ਨੇ, ਮਹਾਰਾਜ ਕਿਉਂ ਮੇਰੇ ਕੋਲੋਂ ਬੋਲ ਬੁਲਵਾ ਰਹੇ, ਪਰ ਮੈਨੂੰ ਇੰਨਾ ਪਤਾ ਜੇ ਗੁਰੂ ਜੀ ਬੋਲ ਬੁਲਵਾ ਰਹੇ ਨੇ, ਕਿਸੇ ਨਾ ਕਿਸੇ ਦਾ ਭਲਾ ਕਰਾਉਣਾ ਹੈ। ਹੁਣ ਜ਼ਰੂਰ ਝਾਤੀ ਪਾਇਓ, ਇੱਕ ਵਾਰੀ ਬੋਲ ਦਿਓ ਵਾਹਿਗੁਰੂ, ਨਹੀਂ ਗੱਜ ਕੇ ਬੋਲੋ ਵਾਹਿਗੁਰੂ। ਖੰਡਾ ਵਾਹਿਗੁਰੂ, ਬਾਟਾ ਕਹਿੰਦਾ ਵੱਡਾ ਹਿਰਦਾ ਰੱਖ, ਵੱਡਾ ਹਿਰਦਾ। ਜੇ ਤੈਨੂੰ ਕੋਈ ਬੁਰੇ ਸ਼ਬਦ ਬੋਲ ਹੀ ਗਿਆ, ਉਹ ਚੀਜ਼ ਨੂੰ ਸਹਿਣ ਕਰ, ਸਹਿਣ ਸਹਿਣ ਕਰ, ਸਹਿਣ ਕਰ।
ਉਹਦੀ ਬੁਰਿਆਈ ਦਾ ਜਵਾਬ ਬੁਰਿਆਈ ਨਾਲ ਨਾ ਦੇ, ਕੌੜੇ ਲਫ਼ਜ਼ਾਂ ਦਾ ਜਵਾਬ ਕੌੜੇ ਲਫ਼ਜ਼ਾਂ ਨਾਲ ਨਾ ਦੇ, ਮਿਠਾਸ ਨਾਲ ਦੇ ਮਿਠਾਸ ਨਾਲ। ਤੁਸੀਂ ਸਿਆਣੇ ਹੋ, ਗਲਤੀ ਨਾਲ ਕਿਤੇ ਮਿਰਚ ਖਾਧੀ ਜਾਵੇ ਨਾ ਬੰਦੇ ਕੋਲੋਂ, ਹੁਣ ਮਿਰਚ ਦੇ ਉੱਤੋਂ ਮਿਰਚਾਂ ਖਾਈ ਚੱਲੇ, ਦੱਸੋ ਕਦੀ ਕੌੜਾਪਨ ਮੁੱਕੇਗਾ? ਨਹੀਂ ਮੁੱਕੇਗਾ, ਵਧੇਗਾ। ਜਦੋਂ ਕਿਤੇ ਮਿਰਚ ਖਾਧੀ ਜਾਵੇ, ਸਿਆਣੇ ਪੁਰਖ ਕਹਿੰਦੇ ਨੇ ਦੋ ਦਾਣੇ ਖੰਡ ਦੇ ਖਾ ਲੈ, ਕਹਿ ਦਿਓ ਵਾਹਿਗੁਰੂ। ਜਦੋਂ ਦੋ ਦਾਣੇ ਖੰਡ ਦੇ ਖਾਓਗੇ, ਕੁੜੱਤਨ ਆਪੇ ਘਟਣੀ ਸ਼ੁਰੂ ਹੋ ਜਾਏਗੀ। ਬੁਰਿਆਈ ਦਾ ਜਵਾਬ ਬੁਰਿਆਈ ਨਾਲ ਨਹੀਂ, ਨਹੀਂ ਭਲਿਆਈ ਨਾਲ ਦੇ। ਗੁਰੂ ਅਮਰਦਾਸ ਪਾਤਸ਼ਾਹ ਉਹਨਾਂ ਨੇ ਜਦੋਂ ਆਪਣੀ ਬੱਚੀ ਬੀਬੀ ਭਾਨੀ ਨੂੰ ਤੋਰਿਆ ਨਾ, ਤੇ ਇੱਕ ਗੱਲ ਕਹੀ ਸੀ, ਕਹਿੰਦੇ ਭਾਨੀ ਪੁੱਤਰ, ਜਦੋਂ ਵੀ ਕੋਈ ਬਾਪ ਆਪਣੀ ਬੱਚੀ ਨੂੰ ਪੇਕੇ ਘਰ ਤੋਂ ਸਹੁਰੇ ਘਰ ਤੋੜਦਾ, ਕੁਝ ਨਾ ਕੁਝ ਦਿੰਦਾ ਜ਼ਰੂਰ ਹੈ। ਇੱਕ ਨਿਯਮ ਬਣਿਆ ਸੰਸਾਰ ਦਾ, ਕੁਝ ਨਾ ਕੁਝ ਆਪਣੀ ਹੈਸੀਅਤ ਮੁਤਾਬਕ ਹਰ ਪਿਤਾ ਦਿੰਦਾ ਜ਼ਰੂਰ ਹੈ। ਭਾਵੇਂ ਸਾਹਮਣੇ ਵਾਲੇ ਕਹਿੰਦੇ ਅਸੀਂ ਕੁਝ ਨਹੀਂ ਲੈਣਾ, ਪਰ ਬਾਪ ਕੁਝ ਨਾ ਕੁਝ ਦੇਵੇਗਾ ਜ਼ਰੂਰ ਕਿ ਮੇਰੀ ਧੀ ਜਾ ਰਹੀ ਸੁਖੀ ਵਸੇ। ਸੁਣਿਓ, ਕਹਿੰਦੇ ਭਾਨੀ ਪੁੱਤਰ, ਅੱਜ ਤੂੰ ਵੀ ਪੇਕੇ ਘਰ ਤੋਂ ਸਹੁਰੇ ਘਰ ਜਾ ਰਹੀ ਹੈ, ਅੱਜ ਮੈਂ ਵੀ ਤੈਨੂੰ ਕੁਝ ਦੇਣਾ ਚਾਹੁੰਦਾ। ਤੇ ਬੀਬੀ ਭਾਨੀ ਜੀ ਨੇ ਝੋਲੀ ਅੱਡੀ, ਗੁਰੂ ਪਿਤਾ ਆਪ ਜੀ ਹੁਕਮ ਕਰੋ, ਕਿਆ ਦੇਣਾ ਚਾਹੁੰਦੇ ਹੋ? ਕਹਿੰਦੇ ਬੇਟਾ, ਅੱਜ ਪੇਕੇ ਘਰ ਤੋਂ ਸਹੁਰੇ ਘਰ ਜਾ ਰਹੀ ਹੈ, ਤਿੰਨ ਭੱਬੇ ਲੈ ਜਾ, ਤਿੰਨ ਭੱਬੇ। ਕਹਿ ਦਿਓ ਵਾਹਿਗੁਰੂ। ਭੱਬਾ ਸਮਝਦੇ ਹੋ ਨਾ, ਭੱਬਾ ਅਕਸ਼ਰ ਗੁਰਮੁਖੀ ਦਾ ਲਫ਼ਜ਼ ਹੈ ਭੱਬਾ। ਤਿੰਨ ਭੱਬੇ ਲੈ ਜਾ। ਪਿਤਾ ਜੀ ਮੈਂ ਸਮਝੀ ਨਹੀਂ। ਕਹਿੰਦੇ ਪਹਿਲਾ ਭੱਬਾ ਲੈ ਜਾ, ਭੱਬਾ ਭੁੱਲ ਗਈ ਜੀ। ਜੇ ਮੰਨ ਲੈ ਕਿਸੇ ਵੱਡੇ ਵਡੇਰੇ ਨੇ ਤੈਨੂੰ ਘਰ ਵਿੱਚ ਕਹਿ ਦਿੱਤਾ ਤੇਰੇ ਕੋਲੋਂ ਆਹ ਗਲਤੀ ਹੋਈ ਏ, ਗਲਤੀ ਮੰਨ ਲੈ ਨਹੀਂ ਵੀ ਹੋਈ, ਸੁਣਿਓ ਗਲਤੀ ਨਹੀਂ ਵੀ ਹੋਈ, ਪਰ ਕਿਸੇ ਵੱਡੇ ਬਜ਼ੁਰਗ ਨੇ ਜੇ ਕਹਿਤਾ ਨਾ ਤੇਰੇ ਕੋਲੋਂ ਆਹ ਗਲਤੀ ਹੋਈ ਏ, ਉਸ ਵੇਲੇ ਬਹਿਸ ਦਾ ਵਿਸ਼ਾ ਨਾ ਬਣਾ, ਲੜਾਈ ਝਗੜੇ ਨਾ ਪਾ, ਚਾਰ ਬੰਦਿਆਂ ਚ ਕਲੇਸ਼ ਨਾ ਕਰ, ਉਸ ਵੇਲੇ ਹੱਥ ਜੋੜ ਕੇ ਕਹਿ ਦੇ ਜੀ ਭੁੱਲ ਗਈ ਆ। ਕਹਿ ਦਿਓ ਵਾਹਿਗੁਰੂ। ਤੇ ਜਦੋਂ ਵੇਖਿਆ 10-15 ਮਿੰਟਾਂ ਬਾਅਦ ਮਾਹੌਲ ਠੰਡਾ ਹੋ ਗਿਆ, ਮਾਤਾ ਪਿਤਾ ਸੱਸ ਸਹੁਰਾ ਜਾਂ ਇੱਦਾਂ ਪਰਿਵਾਰ ਦੇ ਜੀ ਇਕੱਲੇ ਨੇ, ਉੱਦਾਂ ਜਾ ਕੇ ਫਿਰ ਬੇਨਤੀ ਕਰਤੀ, ਜੀ ਉਦੋਂ ਮੇਰੇ ਕੋਲੋਂ ਗਲਤੀ ਹੋਈ ਨਹੀਂ ਸੀ ਕੋਈ, ਪਰ ਕਲੇਸ਼ ਵਧੇ ਨਾ ਤਾਂ ਕਰਕੇ ਮੈਂ ਗੱਲ ਇੱਦਾਂ ਕਰਤੀ, ਅਸਲੀਅਤ 'ਚ ਗੱਲ ਇੱਦਾਂ ਸੀ। ਹੁਣ 2 ਮਿੰਟ ਦੀ ਰੱਖੀ ਹੋਈ ਤੇਰੀ ਨਿਮਰਤਾ ਘਰ ਵਿੱਚ ਆਉਣ ਵਾਲਾ ਵੱਡੇ ਤੋਂ ਵੱਡਾ ਬਿਪਤਾ ਦਾ ਸਮਾਂ ਟਲ ਸਕਦੀ ਹੈ। ਕਹਿ ਦਿਓ ਵਾਹਿਗੁਰੂ। ਮੇਰੀ ਬੇਨਤੀ ਜੇ, ਇਹ ਬਾਬਾ ਨੰਦ ਸਿੰਘ ਜੀ ਦੇ ਬਚਨ ਨੇ, ਕਹਿੰਦੇ ਸਿੱਖ ਗੁਰੂ ਦੇ ਅੱਗੇ, ਪਤਨੀ ਪਤੀ ਦੇ ਅੱਗੇ, ਬੱਚੇ ਆਪਣੇ ਮਾਤਾ ਪਿਤਾ ਦੇ ਅੱਗੇ, ਸੇਵਾਦਾਰ ਆਪਣੇ ਮੁਰਸ਼ਦ ਦੇ ਅੱਗੇ ਤਿੰਨ ਭੱਬੇ ਜ਼ਰੂਰ ਪੜ੍ਹੇ। ਪਹਿਲਾ ਭੱਬਾ ਭੱਬਾ ਭੁੱਲ ਗਈ ਜੀ। ਹੁਣ ਭੱਬਾ ਭੁੱਲ ਗਈ ਜਾਂ ਭੁੱਲ ਗਿਆ, ਜ਼ੁਬਾਨ ਨਾਲ ਹੀ ਕਹਿਣਾ ਨਾ, ਕੋਈ ਮੁੱਲ ਤੇ ਨਹੀਂ ਨਾ ਲੱਗਣਾ, ਜ਼ੁਬਾਨ ਨਾਲ ਹੀ ਕਹਿਣਾ ਨਾ ਦੋ ਮਿੱਠੇ ਬੋਲ, ਕਿੱਡਾ ਵੱਡਾ ਘਰ ਵਿੱਚ ਪੈਣ ਵਾਲਾ ਪੁਆੜਿਆਂ ਦਾ ਸਮਾਂ ਟਲ ਸਕਦਾ। ਕਹਿ ਦਿਓ ਵਾਹਿਗੁਰੂ। ਫਿਰ ਗੱਜ ਕੇ ਬੋਲੋ। ਮੰਨ ਲੈ ਸੱਸ ਨੇ ਕੋਈ ਗੱਲ ਕਰਤੀ, ਸਹੁਰੇ ਨੇ ਕੋਈ ਗੱਲ ਕਰਤੀ, ਉਦੋਂ ਬਸ ਇਹ ਰੱਖਣਾ ਮੇਰੀ ਮਾਂ ਤੇ ਕਈ ਵਾਰੀ ਮੂੰਹ ਤੇ ਚਪੇੜ ਵੀ ਮਾਰ ਦਿੰਦੀ ਸੀ, ਕੀ ਹੋਇਆ ਜੀ ਇਹਨੇ ਕੁਝ ਕਹਿ ਦਿੱਤਾ, ਇਹ ਵੀ ਮੇਰੀ ਮਾਂ ਹੀ ਹੈ। ਜੇ ਨੂੰਹ ਨੇ ਕੋਈ ਅਪਸ਼ਬਦ ਬੋਲ ਦਿੱਤੇ ਨੇ ਸੱਸ ਨੂੰ, ਉਸ ਵੇਲੇ ਕਿਸੇ ਗੱਲ ਦਾ ਗੁੱਸਾ ਨਹੀਂ ਮਨਾਉਣਾ, ਇਹ ਵੀ ਸੋਚਣਾ ਕਿ ਮੇਰੀ ਧੀ ਵੀ ਕੋਈ ਗੱਲ ਕਰਦੀ ਸੀ, ਮੈਂ ਤੇ ਆਪਣੇ ਪਤੀ ਕੋਲੋਂ ਵੀ ਲੁਕਾ ਲੈਂਦੀ ਸਾਂ, ਕੀ ਹੋਇਆ ਜੇ ਇਹਨੇ ਗਲਤੀ ਕਰ ਲਈ, ਇਹ ਨੂੰਹ ਨਹੀਂ ਮੇਰੀ ਧੀ ਆਈ ਹੈ। ਤੇਰੇ 2 ਮਿੱਠੇ ਬੋਲੇ ਹੋਏ ਬੋਲ ਘਰ ਵਿੱਚ ਪੈਣ ਵਾਲੇ ਪਾੜ ਤੋਂ ਤੈਨੂੰ ਬਚਾ ਸਕਦੇ ਨੇ। ਪਹਿਲਾ ਭੱਬਾ ਭੱਬਾ ਭੁੱਲ ਗਈ, ਦੂਜਾ ਭੱਬਾ ਭੱਬਾ ਭਲਾ ਜੀ। ਭਲਾ ਜੀ ਪਤਾ ਕੀ ਹੁੰਦਾ? ਹੁਣ ਮੰਨ ਲਓ ਕਿਸੇ ਵੱਡੇ ਨੇ, ਤੁਹਾਡੇ ਪਿਤਾ ਨੇ, ਮੰਨ ਲਓ ਤੁਹਾਡੇ ਸਿਰ ਦੇ ਉੱਤੇ ਮਾਤਾ ਪਿਤਾ ਦਾ ਸਾਇਆ ਹੈ, ਅਜੇ ਕਈ ਤਾਂ ਵੱਡੀਆਂ ਉਮਰਾਂ ਦੇ ਬੈਠੇ ਨਾ,
ਜਿਨ੍ਹਾਂ ਦੇ ਸਿਰ ਦੇ ਉੱਤੇ ਮਾਤਾ ਪਿਤਾ ਦਾ ਸਾਇਆ ਹੈ ਜਾਂ ਸੱਸ ਸਹੁਰੇ ਦਾ ਸਾਇਆ ਹੈ। ਹੁਣ ਮੰਨ ਲਓ ਕਿਸੇ ਵੱਡੇ ਬਜ਼ੁਰਗ ਨੇ ਕਹਿਤਾ ਬੇਟਾ ਆਹ ਕੰਮ ਕਰ, ਭਲਾ ਜੀ ਕੀ ਹੁੰਦਾ ਸੁਣਿਓ, ਜੇ ਉਹਨਾਂ ਨੇ ਕਹਿਤਾ ਬੇਟਾ ਆਹ ਕੰਮ ਕਰ ਤੇ ਉਸ ਵੇਲੇ ਇਹ ਨਹੀਂ ਕਿ ਹਰ ਕੰਮ ਮੈਨੂੰ ਕਹੀ ਜਾਂਦੇ, ਛੋਟਾ ਵੀ ਤੇ ਬੈਠਾ ਫਲਾਣਾ ਵੀ ਤੇ, ਉਹਨੂੰ ਕਿਉਂ ਨਹੀਂ ਕਹਿੰਦੇ? ਉਸ ਵੇਲੇ ਆਪਣੇ ਦਿਮਾਗ ਵਿੱਚ ਰੱਖਣਾ ਹੈ, ਸ਼ੁਕਰ ਹੈ ਵੱਡੇ ਬਜ਼ੁਰਗਾਂ ਦੀ ਨਿਗਾਹ ਵਿੱਚ ਮੈਂ ਹਾਂ, ਕਹਿ ਦਿਓ ਵਾਹਿਗੁਰੂ। ਤੇ ਜੇ ਮੰਨ ਲੈ ਤੇਰਾ ਉਸ ਵੇਲੇ ਕੰਮ ਥਕਾਵਟ ਕਰਕੇ ਕਰਨ ਦਾ ਨਹੀਂ ਵੀ ਦਿਲ ਕਰਦਾ ਨਾ, ਬਹਿਸ ਨਾ, ਇਹਨਾਂ ਕਹਿ ਦੇ ਜੀ ਭਲਾ ਜੀ ਹੁਣੇ ਕਰਨਾ, ਭਾਵੇਂ ਕਰ 10 ਮਿੰਟ ਬਾਅਦ, ਪਰ ਬਹਿਸ ਨਾ। ਤੇਰੇ ਇਹ ਦੋ ਮਿੱਠੇ ਬੋਲੇ ਹੋਏ ਬੋਲ ਬਾਪ ਦੇ ਅੰਦਰ ਵੀ ਖੁਸ਼ੀ ਦੀ ਲਹਿਰ ਹੋਰ ਦੌੜਾ ਦੇਣਗੇ ਤੇਜ਼ੀ ਦੇ ਨਾਲ ਕਿ ਇਹਨੂੰ ਮੇਰੀ ਕਦਰ ਕਰਨ ਦੀ ਜਾਚ ਹੈ। ਵੈਸੇ ਮੈਂ ਇੱਕ ਬੇਨਤੀ ਕਰਾਂ, ਆ ਜਿਹੜਾ ਟੌਪਿਕ ਗੁਰੂ ਨੇ ਛੜਵਾਇਆ ਨਾ, ਮੈਂ ਆਪਣੇ ਕੋਲੋਂ ਨਹੀਂ ਛੇੜਿਆ, ਇਹ ਬਾਟਾ ਕਹਿ ਰਿਹਾ, ਬਾਟਾ ਵੱਡਾ ਇਰਦਾ ਰੱਖ, ਵੱਡਾ ਇਰਦਾ। ਔਰ ਮੇਰੀ ਬੇਨਤੀ ਜੇ ਘਰ ਦੇ ਵਿੱਚ ਵੱਡੇ ਬਜ਼ੁਰਗ ਬੈਠੇ ਨੇ ਨਾ, ਮੈਂ ਸੱਚ ਕਹਿੰਦਾ ਜਿੰਨਾ ਵੀ ਹੋ ਸਕੇ ਉਹਨਾਂ ਦੀ ਵੱਧ ਤੋਂ ਵੱਧ ਸੇਵਾ ਲੁੱਟ ਲਓ, ਕਹਿ ਦਿਓ ਵਾਹਿਗੁਰੂ। ਨਹੀਂ ਤੇ ਫਿਰ ਜਦੋਂ ਕਿਤੇ ਇਹਨਾਂ ਦਾ ਸਾਇਆ ਉੱਠ ਗਿਆ, ਉਸ ਤੋਂ ਬਾਅਦ ਪਛਤਾਵਾ ਹੀ ਮਿਲਣਾ ਹੈ। ਪਛਤਾਵਾ, ਮਾਂ ਸਿਰ ਤੇ ਹੈ ਡੱਟ ਕੇ ਸੇਵਾ ਕਰੋ, ਬਾਪ ਸਿਰ ਤੇ ਹੈ ਡੱਟ ਕੇ ਸੇਵਾ ਕਰੋ। ਮੈਂ ਕਹਿੰਦਾ 5 ਪਾਠ ਵੀ ਤੁਸੀਂ ਸੁਖਮਨੀ ਸਾਹਿਬ ਦੇ ਕਰਦੇ ਹੋਵੋ ਨਾ, 5 ਪਾਠ ਵੀ ਰੋਜ਼, ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਘਰ 'ਚ, ਵੱਡਿਆਂ ਦਾ ਸਤਿਕਾਰ ਨਹੀਂ ਕਰਦੇ, ਤੁਹਾਡੇ ਕੀਤੇ ਪਾਠ ਕਿਸੇ ਵੀ ਕੰਮ ਨਹੀਂ ਆਉਣਗੇ। ਤੂੰ 5 ਦੀ ਥਾਂ 'ਤੇ 1 ਪਾਠ ਕਰ ਲੈ, ਪਰ ਵੱਡਿਆਂ ਦਾ ਸਤਿਕਾਰ ਕਰ, ਤੇਰਾ ਥੋੜ੍ਹਾ ਕੀਤਾ ਵੀ ਥਾਂ ਪਏਗਾ, ਕਹਿ ਦਿਓ ਵਾਹਿਗੁਰੂ। ਗੱਜ ਕੇ ਬੋਲੋ ਵਾਹਿਗੁਰੂ। ਵੱਡਿਆਂ ਦਾ ਸਤਿਕਾਰ ਕਰੋ। ਅੱਜ ਜਿੰਨੇ ਨੌਜਵਾਨ ਬੱਚੇ ਬੈਠੇ, ਵੀਰ ਬੈਠੇ, ਭੈਣਾਂ ਬੈਠੀਆਂ, ਜੇ ਸਿਰ ਦੇ ਉੱਤੇ ਮਾਤਾ ਪਿਤਾ ਦਾ ਸਾਇਆ ਤਾਂ ਡੱਟ ਕੇ ਸੇਵਾ ਕਰੋ। ਸਿਕੰਦਰ ਬਾਦਸ਼ਾਹ ਸੀ ਨਾ, ਸਿਕੰਦਰ ਦੀ ਮਾਂ ਮਰ ਗਈ, ਸੁਣਿਓ ਧਿਆਨ ਨਾਲ। ਜਦੋਂ ਮਾਂ ਮਰੀ ਤੇ ਸਿਕੰਦਰ ਬੜੀ ਉੱਚੀ ਉੱਚੀ ਰੋਵੇ, ਬੜੀ ਉੱਚੀ ਉੱਚੀ ਰੋਵੇ, ਮਾਂ ਮਰੇ ਦਾ ਦੁੱਖ ਸੀ, ਬੜੀ ਉੱਚੀ ਉੱਚੀ ਰੋਵੇ। ਜਦੋਂ ਰੋਇਆ ਤੇ ਜਿੰਨੇ ਇਹਦੇ ਅਹਿਲਕਾਰ ਸੀ, ਨੌਕਰ ਚਾਕਰ ਵਜ਼ੀਰ ਸਾਰੇ ਕੋਲ ਆ ਗਏ, ਆ ਕੇ ਕੋਲ ਕਹਿੰਦੇ ਕਹਿੰਦੇ ਬਾਦਸ਼ਾਹ ਸਲਾਮਤ, ਇੱਕ ਮਾਂ ਮਰਨ ਦਾ ਇੰਨਾ ਦੁੱਖ ਕਿਉਂ? ਮਾਂ ਹੀ ਤੇ ਮਰੀ ਹੈ, ਇੰਨੀ ਪਰਜਾ ਹੈ, ਇੰਨੇ ਤੁਹਾਡੇ ਕੋਲ ਨੌਕਰ ਚਾਕਰ ਨੇ, ਤੁਹਾਡੇ ਕੋਲ ਜੀ ਹਜ਼ੂਰ ਕਹਿਣ ਵਾਲਿਆਂ ਦੀ ਕਮੀ ਨਹੀਂ, ਤੁਹਾਨੂੰ ਜੀ ਜੀ ਕਹਿ ਕੇ ਸਾਰੇ ਬੁਲਾਉਂਦੇ, ਤੁਹਾਡੇ ਅੱਗੇ ਝੁਕਣ ਵਾਲਿਆਂ ਦੀ ਕਮੀ ਨਹੀਂ, ਤੁਹਾਨੂੰ ਬਾਦਸ਼ਾਹ ਸਲਾਮਤ ਕਹਿਣ ਵਾਲਿਆਂ ਦੀ ਕਮੀ ਨਹੀਂ, ਤੁਹਾਨੂੰ ਸਲਾਮ ਕਰਨ ਵਾਲਿਆਂ ਦੀ ਕਮੀ ਨਹੀਂ, ਇੱਕ ਮਾਂ ਮਰੇ ਦਾ ਦੁੱਖ ਕਿਉਂ? ਤੇ ਉਸ ਵੇਲੇ ਸਿਕੰਦਰ ਨੇ ਇੱਕ ਗੱਲ ਕਹੀ ਸੀ, ਕਹਿੰਦਾ ਸੱਚੀ ਗੱਲ ਏ, ਮੈਨੂੰ ਜੀ ਹਜ਼ੂਰ ਕਹਿਣ ਵਾਲੇ ਬੜੇ ਨੇ, ਬਾਦਸ਼ਾਹ ਸਲਾਮਤ ਕਹਿਣ ਵਾਲੇ ਬੜੇ ਨੇ, ਮੇਰੇ ਅੱਗੇ ਝੁਕਣ ਵਾਲੇ ਬੜੇ ਨੇ, ਜੀ ਹਜ਼ੂਰ ਕਹਿਣ ਵਾਲੇ ਬੜੇ ਨੇ। ਉਹ ਕਹਿੰਦੇ ਫਿਰ ਰੋਂਦੇ ਕਿਉਂ ਜੇ ਮਾਂ ਦੇ ਮਰਨ ਤੇ? ਕਹਿੰਦੇ ਤਾਂ ਕਰਕੇ ਮੈਂ ਰੋ ਰਿਹਾ ਕਿ ਅੱਜ ਤੋਂ ਬਾਅਦ ਓਏ ਕਹਿ ਕੇ ਕਿਸੇ ਨੇ ਮੈਨੂੰ ਆਵਾਜ਼ ਨਹੀਂ ਮਾਰਨੀ, ਓਏ ਤੇ ਕੇਵਲ ਮੈਨੂੰ ਮੇਰੀ ਮਾਂ ਹੀ ਕਹਿੰਦੀ ਸੀ, ਓਏ ਸਿਕੰਦਰਾ ਉਰੇ ਆ, ਕੇਵਲ ਮੈਨੂੰ ਮੇਰੀ ਮਾਂ ਹੀ ਕਹਿੰਦੀ ਸੀ। ਮੇਰੀ ਬੇਨਤੀ ਜੇ ਘਰ ਵਿੱਚ ਵੱਡੇ ਬਜ਼ੁਰਗਾਂ ਦਾ ਸਾਇਆ ਸਿਰ ਤੇ ਹੈ, ਸੇਵਾ ਲੁੱਟੋ। ਜੇ ਦੋ ਕਿਤੇ ਉਮਰ ਕਰਕੇ ਬੋਲ ਹੀ ਗਏ ਨੇ ਕੌੜੇ ਲਫ਼ਜ਼, ਕੋਈ ਨਹੀਂ ਕੋਈ ਨਹੀਂ। ਆਫਿਸ ਦੇ ਵਿੱਚ ਤੁਸੀਂ ਜਿਹੜੇ ਨੌਕਰੀਆਂ ਕਰਨ ਵਾਲੇ ਬੈਠੇ ਹੋ, ਤੁਹਾਡਾ ਕੋਈ ਸਿਰ ਦਾ ਵੱਡਾ ਬੰਦਾ ਹੋਵੇ, ਤੁਹਾਡਾ ਜਿਹਦੇ ਥੱਲੇ ਤੁਸੀਂ ਕੰਮ ਕਰਦੇ ਤੁਹਾਡਾ ਮਾਲਕ ਹੋਵੇ, ਕਈ ਵਾਰੀ ਉਹ ਵੀ ਤੁਹਾਨੂੰ ਝਿੜਕਾਂ ਦਿੰਦਾ, ਉੱਥੇ ਬਰਦਾਸ਼ਤ ਨਹੀਂ ਕਰਦੇ? ਦੱਸੋ, ਪਤਾ ਹੈ ਨਾ ਜੇ ਮੈਂ ਗਲਤ ਬੋਲਿਆ ਨੌਕਰੀ ਚਲੇ ਜਾਣੀ, ਉੱਥੇ ਵੀ ਸਹਿੰਦੇ ਹੀ ਹੋ ਨਾ। ਹੋਰ ਵੱਡਾ ਕੋਈ ਤੁਹਾਨੂੰ ਝਿੜਕ ਦੇ ਦੇਵੇ, ਮਾਇਆ ਪੱਖੋਂ ਵੱਡਾ ਜਾਂ ਕਿਸੇ ਹੋਰ ਪੱਖੋਂ ਬਾਹਰੋਂ ਵੱਡਾ, ਉਹਦੀ ਗੱਲ ਤੁਸੀਂ ਬਰਦਾਸ਼ਤ ਕਰਦੇ ਹੋ, ਤੇ ਘਰ ਮਾਤਾ ਪਿਤਾ ਦੇ ਦੋ ਬੋਲ ਕਿਉਂ ਨਹੀਂ ਬਰਦਾਸ਼ਤ ਕਰ ਸਕਦੇ? ਕਹਿ ਦਿਓ ਵਾਹਿਗੁਰੂ।
ਇਹ ਮੇਰੀ ਬੇਨਤੀ, ਜੇ ਮੈਂ ਸੱਚ ਕਹਿ ਰਿਹਾ, ਗੁਰੂ ਜੀ ਨੇ ਇਹ ਟੌਪਿਕ ਮੇਰੇ ਕੋਲੋਂ ਪਤਾ ਨਹੀਂ ਕਿਉਂ ਛਡਵਾਇਆ, ਕਿਹਦਾ ਕਿਹਦਾ ਭਲਾ ਕਰਾਉਣਾ, ਗੁਰੂ ਜੀ ਜਾਣਨ। ਪਰ ਅੱਜ ਮੇਰੀ ਬੇਨਤੀ, ਜੇ ਖਾਲਸੇ ਦਾ ਸਾਜਨਾ ਦਿਵਸ ਮਨਾਉਣ ਵਾਲੇ ਹੋ, ਕਲਗੀਆਂ ਵਾਲਾ ਵੀ ਤੁਹਾਡੇ 'ਤੇ ਬੜਾ ਖੁਸ਼ ਹੋਏਗਾ, ਮਾਤਾ ਪਿਤਾ ਦੀ ਸੇਵਾ ਸ਼ੁਰੂ ਕਰ ਦਿਓ। ਇਹ ਬਾਟਾ ਕਹਿ ਰਿਹਾ, ਵੱਡਾ ਇਰਦਾ ਰੱਖ, ਬਰਦਾਸ਼ਤ ਕਰਨਾ ਸਿੱਖ ਸਿੱਖ ਸਿੱਖ, ਜੋ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ। ਅਤੇ ਦੂਸਰਾ ਖੰਡਾ ਪਤਾ ਕੀ ਕਹਿੰਦਾ? ਖੰਡਾ ਕਹਿੰਦਾ ਆਪਣੇ ਅੰਦਰ ਵੀਰ ਰਸ ਰੱਖ। ਵੀਰ ਰਸ ਸਮਝਦੇ ਹੋ ਕਿ ਨਹੀਂ? ਇੱਕ ਹੁੰਦਾ ਗੁੱਸਾ, ਗੱਲ ਗੱਲ 'ਤੇ ਕਲਪੀ ਜਾਣਾ, ਚਿੜੀ ਜਾਣਾ, ਐਵੇਂ ਖਾਣ ਨੂੰ ਪਈ ਜਾਣਾ, ਉਹ ਗੁੱਸਾ, ਉਹ ਨਹੀਂ ਕਰਨਾ ਸਿੱਖ ਨੇ। ਪਰ ਵੀਰ ਰਸ ਪਤਾ ਕੀ ਹੁੰਦਾ? ਮੰਨ ਲਓ ਤੁਸੀਂ ਆਪਣੇ ਬੱਚੇ ਦੀ ਡਿਊਟੀ ਲਾਈ, ਬੇਟਾ ਸਾਰੀ ਦਿਹਾੜੀ ਵਿੱਚ ਤੂੰ ਪੰਜ ਪਾਠ ਜਪਜੀ ਸਾਹਿਬ ਦੇ ਕਰਨੇ ਨੇ, ਉਮਰ ਮੁਤਾਬਕ ਉਹਨੂੰ ਕਹਿਤਾ ਦੋ ਪਾਠ ਕਰਨੇ ਜਾਂ ਇੱਕ ਪਾਠ ਕਰਨਾ, ਸੁਣਿਆ ਕੁਝ ਵੀ ਕਹਿਤਾ, ਰਾਤੀ ਸੌਣ ਲੱਗਿਆ ਤੁਸੀਂ ਪੁੱਛਿਆ ਪੁੱਤਰ ਪੰਜ ਪਾਠ ਹੋ ਗਏ, ਉਹ ਕਵੇ ਜੀ ਮੈਂ ਕਰ ਨਹੀਂ ਪਾਇਆ, ਉਸ ਵੇਲੇ ਮੰਨ ਲਓ ਤੁਸੀਂ ਉਹਦੀ ਬੁਰਿਆਈ ਜਿਹੜੀ ਉਹਦੇ ਅੰਦਰ ਆ ਗਈ, ਆਲਸ ਕਰ ਗਿਆ, ਉਹ ਆਲਸ ਦੇ ਕਰਕੇ ਜਿਹੜੇ ਉਹਨੇ ਪਾਠ ਨਹੀਂ ਕੀਤੇ, ਜੇ ਥੋੜ੍ਹੀ ਝਿੜਕ ਦੇਤੀ ਹੈ ਨਾ ਕਿ ਬੱਚੇ ਦੇ ਵਿੱਚ ਸੁਧਾਰ ਹੋਵੇ, ਉਹ ਗੁੱਸਾ ਨਹੀਂ, ਉਹ ਵੀਰ ਰਸ ਮੰਨਿਆ ਗਿਆ। ਕਹਿ ਦਿਓ ਵਾਹਿਗੁਰੂ, ਵਾਹਿਗੁਰੂ, ਗੱਜ ਕੇ ਬੋਲੋ ਵਾਹਿਗੁਰੂ। ਜਿਹੜਾ ਕਿਸੇ ਦੇ ਔਗਣ ਦੇ ਪ੍ਰਤੀ ਆਇਆ, ਔਗਣ ਦੇ ਪ੍ਰਤੀ ਬੱਚੇ ਦੇ ਵਿੱਚ ਸੁਧਾਰ ਪ੍ਰਤੀ ਆਇਆ, ਉਹ ਵੀਰ ਰਸ ਹੈ। ਇੱਦਾਂ ਖੰਡਾ ਕਹਿੰਦਾ ਵੀਰ ਰਸ ਰੱਖ, ਗੱਲ ਗੱਲ 'ਤੇ ਕਲਪਨਾ ਕਲਪਨਾ, ਵੀਰ ਰਸ ਰੱਖ। ਤੀਸਰਾ ਪਾਣੀ ਪਤਾ ਕੀ ਕਹਿੰਦਾ? ਪਾਣੀ ਕਹਿੰਦਾ ਨਿਵਾਣ ਰੱਖ, ਨਿਮਰਤਾ ਰੱਖ। 20 ਫੁੱਟ ਵੀ ਉੱਚਾ ਫੁਹਾਰਾ ਜਾਵੇ ਨਾ, 20 ਫੁੱਟ ਇਕਦਮ ਫਿਰ ਥੱਲੇ ਆ ਜਾਂਦਾ, ਉਹਨੂੰ ਪਤਾ ਚੱਲ ਜਾਂਦਾ ਉਹ ਮੇਰਾ ਕੰਮ ਉੱਤੇ ਜਾਣਾ ਨਹੀਂ, ਮੈਂ ਤਾਂ ਥੱਲੇ ਵਗਣਾ, ਥੱਲੇ ਨਿਵਾਣ ਰੱਖ। ਔਰ ਤੁਸੀਂ ਸਿਆਣੇ ਹੋ, ਪਾਣੀ ਦੀ ਤਸੀਰ ਠੰਡੀ ਹੈ, ਠੰਡੀ। ਤੁਸੀਂ ਪਾਣੀ ਨੂੰ ਉਬਾਲ ਵੀ ਦਿਓਗੇ ਨਾ, ਉਬਾਲ ਵੀ ਦਿਓਗੇ, ਤੱਤਾ ਵੀ ਹੋ ਜਾਏਗਾ, ਉਬਲ ਵੀ ਜਾਏਗਾ, ਤਾਂ ਵੀ ਬਲਦੇ ਹੋਏ ਭਾਂਬੜ ਤੇ ਬਲਦੀ ਹੋਈ ਅੱਗ ਤੇ ਪਾਓਗੇ, ਅੱਗ ਨੂੰ ਫਿਰ ਵੀ ਬੁਝਾਏਗਾ, ਬਾਲੇਗਾ ਨਹੀਂ। ਕਹਿ ਦਿਓ ਵਾਹਿਗੁਰੂ, ਵਾਹਿਗੁਰੂ, ਫਿਰ ਗੱਜ ਕੇ ਬੋਲੋ ਵਾਹਿਗੁਰੂ। ਨਿਮਰਤਾ ਰੱਖ, ਨਿਮਰਤਾ ਨਿਮਰਤਾ। ਦੋ ਚੀਜ਼ਾਂ ਹੋਰ ਰਹਿ ਗਈਆਂ, ਤੇ ਤੀਜੀ ਜਿਹੜੀ ਪੰਜਾਂ ਦੇ ਆਉਣ ਦੇ ਕਰਕੇ ਛੇਵੀਂ ਜਿਹੜੀ ਆ ਜਾਂਦੀ ਹੈ ਨਾ ਅੰਦਰ, ਉਹ ਗੱਲ ਆਪਾਂ ਸ਼ੁਰੂ ਕਰਦੇ ਹਾਂ। ਗੁਰੂ ਜੀ 5-7 ਮਿੰਟ ਬਸ ਇਸੇ ਤਰ੍ਹਾਂ ਟਿਕਾ ਬਖਸ਼ਿਓ, ਮੇਰੇ ਮਨ ਦੀ ਭਾਵਨਾ ਬਣੀ ਹੈ। ਸਾਰੇ ਬੋਲਿਓ, ਮੇਰੇ ਤੋਂ ਬਾਅਦ ਵੀਰੋ ਤੁਸੀਂ, ਫਿਰ ਭੈਣੋ ਤੁਸੀਂ ਬੋਲਿਓ। ਹਾਂ ਹਾਂ ਹਾਂ, ਇਹ ਗੁਰੂ ਦੇ ਬਚਨਾਂ ਨੂੰ ਕਮਾਓ, ਇਹ ਖਾਲਸੇ ਦਾ ਸਾਜਨਾ ਦਿਵਸ ਮਨਾਇਆ ਗਿਆ, ਗੁਰੂ ਦੇ ਬਚਨਾਂ ਨੂੰ ਕਮਾਓ ਕਮਾਓ ਕਮਾਓ। ਮੇਰੀ ਵੀ ਅਰਦਾਸ ਕਰਿਓ ਤੇ ਆਪਣੀ ਵੀ ਪੜਿਓ ਜੀ ਪਿਆਰ ਨਾਲ। ਬਚਨ ਬਸੈ ਜੀ ਨਾਲੇ ਗੁਰ ਕਾ ਬਚਨ ਬਸੈ ਜੀ ਨਾਲੇ, ਬਚਨ ਬਸੈ ਜੀ ਨਾਲੇ ਗੁਰ ਕਾ ਬਚਨ ਬਸੈ ਜੀ। ਸਾਰੀ ਸੰਗਤ ਬੋਲੇ ਬਚਨ ਬਸੈ, ਸਾਰੇ ਬੋਲੋ ਗੁਰ ਕਾ ਜੀ। ਗੁਰ ਕਾ ਬਚਨ ਬਸੈ ਜੀ ਨਾਲੇ, 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 ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨਹੀਂ ਡੁੱਬੇ ਤਸ ਕਰ ਨਹੀਂ ਲੇਵੇ, ਜਲ ਨਹੀਂ ਡੁੱਬੇ ਤਸ ਕਰ ਨਹੀਂ
ਕੋ ਧਨ ਅੰਦਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਪੋਖੇ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਬੋਲੋ ਜੀ ਬਚਨ ਬਸੇ ਜੀ ਨਾਲੇ ਗੁਰ ਤਾਂ ਬਚਨ ਬਸੇ ਜੀ ਨਾਲੇ ਬਚਨ ਬਸੇ ਜੀ ਨਾਲੇ ਗੁਰ ਤਾਂ ਬਚਨ ਬਸੇ ਜੀ ਨਾਲੇ ਵਾਹਿਗੁਰੂ 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 ਬਚਨ ਬਸੇ ਜੀ ਨਾਲੇ ਗੁਰ ਕਾ ਬਚਨ ਬਸੇ ਜੀ ਨਾਲੇ ਬਚਨ ਬਸੇ ਜੀ ਨਾਲੇ ਗੁਰ ਕਾ ਬਚਨ ਬਸੇ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਿਰਫ ਤਿੰਨ ਚਾਰ ਮਿੰਟ ਹੋਰ ਸਹਿਯੋਗ ਦੇਣਾ, ਇੱਕ ਵੀ ਪ੍ਰੇਮੀ ਹਿਲਜੁਲ ਨਾ ਕਰਿਓ। ਜਿਹੜੀ ਗੱਲ ਸ਼ੁਰੂ ਕੀਤੀ ਮੇਰਾ ਮਨ ਨੇ ਗੁਰੂ ਜੀ ਪੂਰੀ ਕਰਾ ਲੈਣ। ਤਿੰਨ ਚੀਜ਼ਾਂ ਹੋ ਗਈਆਂ, ਖੰਡਾ ਬਾਟਾ ਅਤੇ ਪਾਣੀ। ਹੁਣ ਅੱਗੇ ਆ ਗਈ ਜੀ ਬਾਣੀ। ਬਾਣੀ ਜਦੋਂ ਅੰਮ੍ਰਿਤ ਸੰਚਾਰ ਹੁੰਦਾ, ਪੰਜ ਬਾਣੀਆਂ ਦਾ ਨਿਤਨੇਮ ਹੁੰਦਾ ਨਾ, ਖੰਡਾ ਚਲਾਉਂਦੇ ਨੇ ਗੁਰੂ ਕੇ ਪਿਆਰੇ ਨਾਲ ਪੰਜ ਬਾਣੀਆਂ ਦਾ ਨੇਮ। ਹੁਣ ਬਾਣੀ ਕੁਝ ਆਵਾਜ਼ ਦੇ ਰਹੀ ਹੈ। ਅੱਜ ਗੱਲ ਹੋ ਰਹੀ ਕਿ ਅੰਮ੍ਰਿਤ ਛਕਣ ਤੋਂ ਬਾਅਦ ਗੱਲ ਮੁੱਕੀ ਨਹੀਂ, ਗੱਲ ਸ਼ੁਰੂ ਹੋਈ, ਪੜ੍ਹਾਈ ਤੇ ਅੱਗੇ ਅੱਜੇ ਤੂੰ ਕਰਨੀ ਹੈ ਕਰਨੀ। ਬਾਣੀ ਪਤਾ ਕੀ ਕਹਿੰਦੀ? ਬਾਣੀ ਕਹਿੰਦੀ ਆਪਣੇ ਅੰਦਰ ਆਤਮਕ ਅਡੋਲਤਾ ਰੱਖ। ਕਹਿ ਦਿਓ ਵਾਹਿਗੁਰੂ। ਆਤਮਕ ਅਡੋਲਤਾ, ਆਤਮਕ ਅਡੋਲਤਾ। ਇਹ ਨਹੀਂ ਕਿ ਤੂੰ ਅੰਮ੍ਰਿਤ ਵੀ ਛਕ ਲਿਆ, ਗੁਰੂ ਵਾਲਾ ਵੀ ਬਣ ਗਿਆ, ਜਰਾ ਜਿੰਨਾ ਘਰ ਚ ਔਖਾ ਸਮਾਂ ਆ ਗਿਆ ਤੇ ਆਪਣੇ ਮਾਲਕ ਨੂੰ ਛੱਡ ਕੇ ਤੂੰ ਦੂਜਿਆਂ ਦੇ ਬੂਹੇ ਤੇ ਤੁਰ ਪਿਆ। ਕਹਿ ਦਿਓ ਵਾਹਿਗੁਰੂ। ਆਪਣੇ ਅੰਦਰ ਆਤਮਕ ਅਡੋਲਤਾ ਰੱਖ। ਇਹੋ ਜਿਹੀ ਅਡੋਲਤਾ ਕਿ ਗਰੀਬ ਨਿਵਾਜ ਪਾਤਸ਼ਾਹ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਕਹਿ ਦਿਓ ਵਾਹਿਗੁਰੂ। ਇਹੋ ਜਿਹੀ ਅਡੋਲਤਾ ਰੱਖ, ਕਿਉਂਕਿ ਬਾਣੀ ਆਈ ਅਡੋਲ ਦੇ ਹਿਰਦੇ ਚੋਂ। ਆਈ ਕਿਹਦੇ ਹਿਰਦੇ ਚੋਂ? ਗੁਰੂ ਨਾਨਕ ਜੀ ਦੇ। ਹੈਂਜੀ, ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ। ਬਾਣੀ ਕਹਿੰਦੀ ਜਿਹਦੇ ਮੈਂ ਹਿਰਦੇ ਚੋਂ ਆਈ ਹਾਂ ਉਹ ਅਡੋਲ ਸੀ, ਤੇ ਜਿਹੜਾ ਮੈਨੂੰ ਹਿਰਦੇ 'ਚ ਵਸਾ ਲੈਂਦਾ ਉਹਨੂੰ ਵੀ ਮੈਂ ਅਡੋਲ ਹੀ ਕਰ ਦੇਣੀ ਹੈ। ਹੈਂਜੀ, ਇਹ ਬਾਣੀ ਕਹਿੰਦੀ ਆਤਮਕ ਅਡੋਲਤਾ ਰੱਖ। ਅਤੇ ਉਸ ਤੋਂ ਬਾਅਦ ਪਤਾਸੇ ਕਹਿੰਦੇ ਨੇ ਆਪਣੇ ਅੰਦਰ ਮਿਠਾਸ ਰੱਖ। ਕਹਿ ਦਿਓ ਵਾਹਿਗੁਰੂ। ਮਿਠਾਸ, ਮਿਠਾਸ। ਇਹ ਨਹੀਂ ਸਿੱਖ ਦਾ ਚਿਹਰਾ ਆ ਹਰ ਵੇਲੇ ਕੁੜਿਆ ਹੀ ਰਵੇ, ਨਹੀਂ। ਸਿੱਖ ਦਾ ਚਿਹਰਾ ਹਰ ਵੇਲੇ ਹੰਸੂ ਹੰਸੂ ਕਰਦਾ ਹੋਵੇ, ਜਿਹੜਾ ਵੀ ਤੇਰੇ ਚਿਹਰੇ ਵੱਲ ਇੱਕ ਵਾਰੀ ਵੇਖ ਲਵੇ ਉਹਦੀ ਵੀ ਭੁੱਖ ਲੱਥੇ। ਕਹਿੰਦੇ ਵਾਹਿਗੁਰੂ। ਹਾਂਜੀ, ਕਈ ਮੈਂ ਵੇਖਦਾ ਉਹ ਸਟੇਜਾਂ ਦੇ ਉੱਤੇ ਵੀ ਕਈ ਕਥਾਵਾਚਕ ਬਹਿ ਜਾਂਦੇ, ਕਥਾ ਕਰਨ ਮਸੋਸਿਆ ਜਾਂ ਮੂੰਹ ਬਣਾ ਕੇ ਕਥਾ ਕਰਨ ਲੱਗ ਪੈਣਗੇ। ਹੈਂਜੀ, ਇੱਦਾਂ ਥੋੜ੍ਹੀ ਕਥਾ ਹੁੰਦੀ।
ਜਿਹੜੀ ਚੀਜ਼ ਗੁਰੂ ਘਰ ਦੇ ਵਿੱਚ ਹੱਸ ਕੇ ਪਿਆਰ 'ਚ ਤੁਸੀਂ ਮੈਸੇਜ ਪਹੁੰਚਾ ਸਕਦੇ ਹੋ, ਉਹਨੂੰ ਫਿਰ ਰੋਣ ਵਰਗਾ ਮੂੰਹ ਬਣਾ ਕੇ ਕਿਉਂ ਗੱਲ ਕਰਦੇ ਹੋ ਭਾਈ? ਹੈ ਜੀ, ਬੋਲਦੇ ਹੋ ਵਾਹਿਗੁਰੂ ਵਾਹਿਗੁਰੂ? ਨਹੀਂ, ਤੇਰਾ ਚਿਹਰਾ ਹਰ ਵੇਲੇ ਖਿੜਿਆ ਹੋਵੇ, ਖਿੜਿਆ, ਜਿਹੜਾ ਵੀ ਤੇਰੇ ਚਿਹਰੇ ਵੱਲ ਇੱਕ ਵਾਰੀ ਵੇਖੇ ਉਹਨੂੰ ਗੁਰੂ ਦੀ ਯਾਦ ਆਵੇ, ਕਹਿ ਦਿਓ ਵਾਹਿਗੁਰੂ। ਆਪਣੇ ਅੰਦਰ ਮਿਠਾਸ ਰੱਖ। ਇਹ ਪੰਜ ਹੋ ਗਈਆਂ, ਖੰਡਾ, ਬਾਟਾ, ਪਾਣੀ, ਬਾਣੀ ਅਤੇ ਪਤਾਸੇ। ਤੁਸੀਂ ਕਹੋਗੇ ਛੇਵੀਂ ਵੀ ਤੁਸੀਂ ਕਹੀ, ਛੇਵੀਂ ਕਿਹੜੀ? ਮੈਂ ਸੱਚ ਕਹਿੰਦਾ, ਜਿਹਦੇ ਕੋਲ ਇਹ ਪੰਜ ਚੀਜ਼ਾਂ ਆ ਗਈਆਂ ਨਾ, ਉਹਦੇ ਕੋਲ ਛੇਵਾਂ ਕਲਗੀਆਂ ਵਾਲਾ ਵੀ ਆਪ ਹੀ ਆ ਜਾਂਦਾ ਹੈ, ਬਾਜਾਂ ਵਾਲਾ ਆਪ ਆ ਜਾਂਦਾ ਆਪ। ਜਦੋਂ ਪੰਜ ਪਿਆਰੇ ਅੰਮ੍ਰਿਤ ਸੰਚਾਰ ਕਰਦੇ ਆ ਨਾ, ਪੰਜ ਚੀਜ਼ਾਂ 'ਤੇ ਵਰਤੀਆਂ ਜਾਂਦੀਆਂ, ਪੰਜ ਪਿਆਰੇ ਅੰਮ੍ਰਿਤ ਸੰਚਾਰ ਕਰ ਰਹੇ, ਪੰਜ ਬਾਣੀਆਂ ਦਾ ਨਿਤਨੇਮ, ਪੰਜ ਚੀਜ਼ਾਂ ਵਰਤੀਆਂ ਗਈਆਂ, ਹੈ ਜੀ, ਇਹ ਸਾਰੀਆਂ ਚੀਜ਼ਾਂ ਦੇ ਨਾਲ ਛੇਵਾਂ ਕਲਗੀਆਂ ਵਾਲਾ ਵੀ ਵਿੱਚ ਬੈਠਾ ਹੁੰਦਾ। ਕਹਿ ਦਿਓ ਵਾਹਿਗੁਰੂ। ਐਵੇਂ ਨਹੀਂ ਅੰਮ੍ਰਿਤ ਸੰਚਾਰ ਹੁੰਦਾ, ਐਵੇਂ ਨਹੀਂ ਹੁੰਦਾ। ਮੇਰੀ ਬੇਨਤੀ ਜੇ ਅੱਜ ਦੇ ਵਿਸ਼ੇ ਨੂੰ ਸਮਝਣ ਦਾ ਯਤਨ ਕਰਿਓ। ਜਿਹੜੀ ਮੈਂ ਗੱਲ ਸੋਚ ਕੇ ਆਇਆ ਸਾਂ ਕਰਨੀ, ਉਹ ਕਰਨੀ ਮੈਂ ਪਾਇਆ, ਅਤੇ ਜਿਹੜੀ ਗੁਰੂ ਜੀ ਨੇ ਕਰਵਾਉਣੀ ਸੀ ਕਿਉਂ ਕਰਵਾਈ, ਇਹ ਗੁਰੂ ਜਾਣੇ ਜਾਂ ਤੁਸੀਂ ਜਾਣੋ? ਕਹਿ ਦਿਓ ਵਾਹਿਗੁਰੂ। ਕਿਉਂ ਗੁਰੂ ਜੀ ਨੇ ਕਰਵਾਈ? ਹੁਣ ਸਮਾਂ ਹੋ ਗਿਆ ਸਮਾਪਤੀ ਦਾ, ਮੈਂ ਬਹੁਤਾ ਅੱਗੇ ਨਹੀਂ ਜਾਣਾ। ਬਸ ਇੰਨੀ ਕੁ ਬੇਨਤੀ ਹੈ, ਅੰਮ੍ਰਿਤ ਛਕਣ ਤੋਂ ਬਾਅਦ ਅਗਲੀਆਂ ਪੜ੍ਹਾਈਆਂ ਕਰੀਏ, ਤੁਸੀਂ ਵੀ ਕਰੋ, ਅਸੀਂ ਵੀ ਕਰੀਏ, ਗੁਰੂ ਕਿਰਪਾ ਕਰੇ। 28 ਤਰੀਕ ਨੂੰ, ਅਗਲੇ ਸ਼ਨਿਚਰਵਾਰ 28 ਤਰੀਕ ਨੂੰ ਮਦਨਗੀਰ, ਤੁਹਾਡੇ ਤੋਂ 5 ਕੁ ਮਿੰਟ ਦਾ ਰਸਤਾ ਹੈ ਮਦਨਗੀਰ, 9:30 ਤੋਂ 10:30 ਇਸੇ ਸਮੇਂ ਦਾਸਾਂ ਵੱਲੋਂ ਕੀਰਤਨ ਦੀ ਹਾਜ਼ਰੀ ਹੋਏਗੀ। ਮਦਨਗੀਰ ਮਨੋਹਰ ਸਿੰਘ ਜੀ ਆਏ ਨੇ ਉੱਥੋਂ, 9:30 ਤੋਂ 10:30 ਉੱਥੇ ਕੀਰਤਨ ਦੀ ਸੇਵਾ ਹੈ ਮਦਨਗੀਰ। ਅਗਲੇ ਸ਼ਨਿਚਰਵਾਰ ਸਾਰੇ ਪਹੁੰਚਿਓ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਹਾਂ, ਸੱਚੀ ਸਹੀ ਗੱਲ ਹੈ, ਇੱਕ ਵਾਰੀ ਬੋਲ ਦਿਓ ਵਾਹਿਗੁਰੂ। ਵਾਹਿਗੁਰੂ। ਮੈਂ ਨਹੀਂ, 2 ਸੁਣਾ ਅਤੇ 3 ਰਹਿ ਗਿਆ। ਬਿਲਕੁਲ ਸਹੀ ਗੱਲ, ਪਹਿਲਾ ਭੱਬਾ ਭੱਬਾ ਭੁੱਲ ਗਈ, ਦੂਜਾ ਭੱਬਾ ਭੱਬਾ ਭਲਾ ਜੀ, ਅਤੇ ਤੀਜਾ ਭੱਬਾ ਭੱਬਾ ਭਾਣਾ ਜੀ। ਮੈਂ ਤਾਂ 2 ਕਰਕੇ ਸੁਣਾ, 2 ਸੁਣਾਏ ਸੀ ਕਿ ਦੋਨਾਂ ਦਾ ਤਲਕ ਰਸਨਾ ਨਾਲ ਏ, ਅਤੇ ਜਿਹੜਾ ਭੱਬਾ ਭਾਣਾ ਉਹ ਮੰਨਣ ਨਾਲ ਏ, ਮੰਨਣ ਨਾਲ। ਉਹ ਬੜੀ ਵੱਡੀ ਅਵਸਥਾ ਹੈ, ਜੇ ਗੁਰੂ ਕਿਰਪਾ ਕਰਕੇ ਦੇ ਦੇਵੇ, ਤੁਸੀਂ 2 ਹੀ ਮੰਨ ਲਓ, ਤੀਜਾ ਆਪੇ ਮੰਨਣ ਵਾਲੇ ਬਣ ਜਾਓਗੇ। ਕਹਿ ਦਿਓ ਵਾਹਿਗੁਰੂ। ਤਾਂ ਗੁਰੂ ਕਿਰਪਾ ਕਰੇ, ਮੈਨੂੰ ਬੜੀ ਖੁਸ਼ੀ ਹੋਈ, ਤੁਸੀਂ ਇਹਦਾ ਮਤਲਬ ਮਨ ਕਰਕੇ ਸੁਣ ਰਹੇ ਸੋ ਸਾਰੇ। ਕਹਿ ਦਿਓ ਵਾਹਿਗੁਰੂ। ਤਾਂ ਗੁਰੂ ਤੁਹਾਨੂੰ ਹੋਰ ਚੜ੍ਹਦੀਆਂ ਕਲਾਂ ਬਖਸ਼ੇ, ਮਿਹਰ ਕਰੇ। ਇੱਕ ਵਾਰੀ ਇਹ ਪੰਕਤੀ ਪੜ੍ਹੋ, ਉਸ ਤੋਂ ਬਾਅਦ ਕੀਰਤਨ ਦੀ ਸਮਾਪਤੀ ਹੈ, ਭੁੱਲ ਚੁੱਕ ਦੀ ਖਿਮਾ। ਬਾਕੀ ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ, ਭਾਈ ਸਾਹਿਬ ਗੁਰ ਇਕਬਾਲ ਸਿੰਘ ਜੀ ਵੱਲੋਂ ਜਿਹੜੇ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਨੇ, ਕਦੀ ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ, 1 ਮਿੰਟ ਬੈਠੇ ਰਹਿਣਾ ਸਾਰੇ, ਕੋਈ ਉੱਠੇ ਨਾ। ਮੈਂ ਇਸ ਕਰਕੇ ਅਨਾਊਂਸਮੈਂਟ ਇਹ ਨਹੀਂ ਕਰਦਾ ਤੁਸੀਂ ਮਾਇਆ ਸਾਨੂੰ ਦਿਓ, ਮੈਂ ਇਸ ਵਾਸਤੇ ਅਨਾਊਂਸਮੈਂਟ ਕਰਦਾ ਕਿ ਤੁਹਾਡੀ ਮਾਇਆ ਅਸੀਂ ਕਿੱਥੇ ਵਰਤਦੇ ਹਾਂ ਤੁਹਾਨੂੰ ਪਤਾ ਲੱਗ ਜੇ। ਸੁਣਿਓ ਧਿਆਨ ਨਾਲ, ਆਮ ਤੌਰ 'ਤੇ ਤੁਹਾਡੇ ਘਰਾਂ ਦੇ, ਸਾਡੇ ਘਰਾਂ ਦੇ ਬੱਚੇ 500-600 ਰੁਪਈਆ ਦੋਵਾਂ 4 ਦਿਨਾਂ 'ਚ ਖਰਚ ਕਰ ਦਿੰਦੇ, ਸਾਡੇ ਲਈ ਏਡੀ ਵੈਲਿਊ ਨਹੀਂ 500-600 ਦੀ। ਪਰ ਇਹ ਵਿਧਵਾ ਬੀਬੀਆਂ ਦੇ ਪਰਿਵਾਰ ਗਰੀਬੀ ਰੇਖਾ ਤੋਂ ਵੀ ਥੱਲੇ ਦੇ ਨੇ, ਜਿਨ੍ਹਾਂ ਦਾ ਪੂਰੇ ਮਹੀਨੇ ਦਾ ਖਰਚਾ 500 ਨਾਲ ਚੱਲਦਾ, 500 ਨਾਲ, ਕਿੱਡੇ ਗਰੀਬ ਹੋਣਗੇ। ਤੁਹਾਡੇ ਲਈ 500 ਏਡੀ ਵੈਲਿਊ ਨਹੀਂ ਰੱਖਦਾ, ਤੁਹਾਡਾ 500 ਨਾਲ ਜਾਂਦਾ ਨਹੀਂ ਕੁਝ, ਉਹਨਾਂ ਦਾ ਪੂਰੇ ਮਹੀਨੇ ਦਾ ਰਾਸ਼ਨ ਆਉਂਦਾ। ਅਤੇ ਜਦੋਂ ਤੁਸੀਂ ਆਪਣੇ ਦਸਵੰਧ ਵਿੱਚੋਂ 1-1, 2-2 ਵਿਧਵਾ ਬੀਬੀਆਂ ਦੀ ਸੇਵਾ ਕਰਦੇ ਹੋ, ਉਹਨਾਂ ਦੇ ਘਰਾਂ 'ਚ ਰੋਟੀ ਪਾਣੀ ਪੱਕਦਾ, ਬਰਕਤਾਂ ਤੁਹਾਨੂੰ ਪੈਂਦੀਆਂ। ਅਸੀਂ ਇਹ ਨਹੀਂ ਕਹਿੰਦੇ ਸਾਨੂੰ ਮਾਇਆ ਦਿਓ, ਪਰ ਮੈਂ ਇੰਨੀ ਕੁ ਬੇਨਤੀ ਕਰਦਾ, ਜਦੋਂ ਦਿੰਦੇ ਹੋ ਉਹਨਾਂ ਦੇ ਘਰਾਂ 'ਚ ਰੋਟੀ ਪੱਕਦੀ, ਅਸੀਸਾਂ ਤੁਹਾਨੂੰ ਮਿਲਦੀਆਂ। ਔਰ ਇਹ ਮੇਰੇ ਕਹਿਣ ਦੀ ਲੋੜ ਨਹੀਂ ਪੈਂਦੀ, ਅਸੀਂ ਤੁਹਾਡੀ ਮਾਇਆ ਕਿੱਥੇ ਵਰਤੀ, ਤੁਹਾਨੂੰ ਆਪੇ ਮਹਿਸੂਸ ਹੋ ਜਾਂਦਾ। ਪਤਾ ਕਿਵੇਂ? ਜਦੋਂ ਤੁਹਾਡੇ ਰੁਕੇ ਹੋਏ ਕੰਮ ਚੱਲਦੇ ਨੇ, ਕਹਿ ਦਿਓ ਵਾਹਿਗੁਰੂ। ਇਹ ਕੰਮ 'ਤੇ 2 ਸਾਲਾਂ ਤੋਂ ਮੇਰਾ ਰੁਕਿਆ ਪਿਆ, ਅਚਾਨਕ ਬਣ ਕਿਵੇਂ ਗਿਆ?
ਸਾਲ ਤੋਂ ਹੋ ਨਹੀਂ ਸੀ ਰਿਹਾ, ਬਣ ਕਿਵੇਂ ਗਿਆ? ਪਤਾ ਲੱਗ ਜਾਂਦਾ ਵਿਧਵਾ ਬੀਬੀਆਂ ਦੀਆਂ ਸੀਸਾਂ ਕੰਮ ਕਰ ਗਈਆਂ। ਇਹ ਤੁਹਾਡੀ ਮਾਇਆ ਵਿਧਵਾ ਬੀਬੀਆਂ ਲਈ ਜਿੱਥੇ ਵਰਤੀ ਜਾਂਦੀ, ਉੱਥੇ ਦੋ ਇਤਿਹਾਸਕ ਗੁਰਦੁਆਰੇ, ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਪਾਊਪਿੰਡ ਸਾਹਿਬ, ਭਾਈ ਤਾਰੂ ਸਿੰਘ ਜੀ ਦਾ ਜਨਮ ਅਸਥਾਨ ਪੂਲਾ ਸਾਹਿਬ, ਉੱਥੋਂ ਦੀ ਵਿਕਾਰ ਸੇਵਾ ਸਕੂਲਾਂ ਲਈ, ਹਸਪਤਾਲਾਂ ਲਈ, ਸਰਾਵਾਂ ਲਈ, ਬੇਅੰਤ ਕਾਰਜਾਂ ਲਈ ਆਪ ਜੀ ਦੀ ਮਾਇਆ ਵਰਤੀ ਜਾਂਦੀ। ਜਿਨ੍ਹਾਂ ਨੇ ਹਿੱਸਾ ਪਾਇਆ ਜਾਂ ਪਾ ਰਹੇ, ਗੁਰੂ ਨਾਨਕ ਤੁਹਾਨੂੰ ਬਰਕਤ ਪਾਵੇ। ਪਠਾਨਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਵਾਏ ਨੇ। ਇੱਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ। ਸਤਿਗੁਰੂ ਸਭ ਨੂੰ ਛੱਡਦੀਆਂ ਕਲਾਂ ਬਖਸ਼ਣ, ਅਸੀਸ ਦੇਣ। ਸਵੇਰੇ ਫਿਰ ਭੋਪਾਲ ਜਾਣਾ, ਹੁਣ ਝਾਂਸੀ ਤੋਂ ਆਏ ਹਾਂ ਅਤੇ ਝਾਂਸੀ ਤੋਂ ਬਾਈ ਰੋਡ ਤਕਰੀਬਨ 4-4.5 ਘੰਟੇ ਦਾ ਗਾਂਹ ਰਸਤਾ ਸੀ ਭੋਪਾਲ ਦਾ, ਪਰ ਉਹ ਬਾਈ ਰੋਡ ਸਾਨੂੰ ਫਿਰ ਆਉਣਾ ਪਿਆ ਕਿ ਇੱਥੇ ਬਚਣ ਦੇ ਬੈਠੇ ਸਾਂ। ਸੋਚਿਆ ਹੋਈ ਸੀ ਕਿ ਉੱਥੋਂ ਟ੍ਰੇਨ 'ਚ ਆ ਜਾਵਾਂਗੇ, ਪਰ ਟ੍ਰੇਨ ਦਾ ਕਨੈਕਸ਼ਨ ਬਣਿਆ ਹੀ ਨਹੀਂ, ਅਤੇ ਜਿਉਂ 1:30 ਵਜੇ ਚੱਲੇ ਤਕਰੀਬਨ 8-8.5 ਘੰਟਿਆਂ 'ਚ ਸਿੱਧਾ ਇੱਥੇ ਪਹੁੰਚੇ ਤੁਹਾਡੀ ਸੀਸ ਨਾਲ, ਅਤੇ ਕੱਲ੍ਹ ਸਵੇਰ ਦੀ ਫਲਾਈਟ 'ਤੇ ਫਿਰ ਭੋਪਾਲ ਜਾਣਾ। 9 ਵਜੇ ਸਵੇਰੇ ਭੋਪਾਲ ਕੀਰਤਨ ਹੈ। ਅਰਦਾਸ ਕਰਿਓ ਗੁਰੂ ਜੀ ਹਰ ਜਗ੍ਹਾ 'ਤੇ ਆਪ ਵਰਤ ਕੇ ਆਪਣੀਆਂ ਬਖਸ਼ਿਸ਼ਾਂ ਦੇ ਖਾਤੇ ਖੋਲ੍ਹ ਕੇ ਸਾਰੀਆਂ ਸੇਵਾਵਾਂ ਲੈਂਦੇ ਰਹਿਣ, ਗੁਰੂ ਕਿਰਪਾ ਕਰੇ। ਆਓ ਜੀ ਇੱਕ ਵਾਰੀ ਇਹ ਪੰਕਤੀ ਪੜ੍ਹੋ, ਉਸ ਤੋਂ ਬਾਅਦ ਫਿਰ ਕੀਰਤਨ ਦੀ ਸਮਾਪਤੀ। ਮੈਂ ਬੇਨਤੀ ਕਰਾਂਗਾ ਸੈਕਟਰੀ ਸਾਹਿਬ ਨੂੰ, ਉਹ ਕੀਰਤਨ ਤੋਂ ਬਾਅਦ 2 ਮਿੰਟ ਸੰਗਤ ਦਾ ਧੰਨਵਾਦ ਵੀ ਕਰ ਦੇਣਗੇ ਅਤੇ ਉੱਥੇ ਖਲੋ ਕੇ ਆਨੰਦ ਸਾਹਿਬ ਦਾ ਪਾਠ ਕਰ ਦੇਣਗੇ, ਕਿਉਂਕਿ ਅਸੀਂ ਹੁਣ ਇੱਥੋਂ ਲੰਗਰ ਪਾਣੀ ਛੱਕ ਕੇ ਫਰੀਦਾਬਾਦ ਜਾਣਾ। ਫਰੀਦਾਬਾਦ ਤੋਂ ਫਿਰ 5 ਵਜੇ ਸਵੇਰੇ ਏਅਰਪੋਰਟ ਪਹੁੰਚਣਾ, 6 ਵਜੇ ਦੀ ਫਲਾਈਟ ਹੈ, 7 ਵਜੇ ਭੋਪਾਲ ਅਤੇ 9 ਵਜੇ ਉੱਥੇ ਕੀਰਤਨ ਹੈ। ਅਤੇ ਇਹ ਸਾਰਾ ਕੰਮ ਅਤੇ ਅੱਜ ਤਕਰੀਬਨ 8-9 ਘੰਟੇ ਲਗਾਤਾਰ ਬਾਈ ਰੋਡ ਰਸਤੇ 'ਚ ਬ੍ਰੇਕ ਵੀ ਨਹੀਂ ਲਾਈ ਕੁਝ ਖਾਣ ਵਾਸਤੇ, ਕਿ ਜੇ ਰੁਕਦੇ ਵਧੋ ਵਧੀ ਅੱਧਾ ਘੰਟਾ ਲੱਗ ਜਾਂਦਾ ਛਕਣ ਛਕਾਉਣ ਵਾਸਤੇ, ਅਤੇ ਉੱਥੇ ਕਿਤੇ ਰੁਕੇ ਵੀ ਨਹੀਂ ਕਿ ਸੰਗਤ ਇੱਥੇ ਲੇਟ ਨਾ ਹੋਵੇ। ਅਤੇ ਇਹ ਮੇਰੇ ਗਰੀਬ ਦੀ ਜੋ ਚੀਜ਼ ਨੂੰ ਸਮਝਦੇ ਹੋਏ ਮੈਨੂੰ ਇਹ ਪੰਕਤੀਆਂ ਪੜ੍ਹਨ ਤੋਂ ਬਾਅਦ ਤੁਸੀਂ ਆਗਿਆ ਜ਼ਰੂਰ ਬਖਸ਼ਿਓ, ਅਤੇ ਬਾਕੀ ਜਦੋਂ ਵੀ ਗੁਰੂ ਜੀ ਨੇ ਕਿਰਪਾ ਕੀਤੀ ਆਪ ਜੀਆਂ ਦੇ ਦਰਸ਼ਨ ਗੁਰੂ ਜੀ ਫਿਰ ਕਰਾਉਣ, ਮਿਹਰ ਕਰਨ। 28 ਤਰੀਕ ਭੁੱਲਿਓ ਨਾ, ਅਗਲੇ ਸ਼ਨੀਵਾਰ ਮਦਨਗੀਰ ਉੱਥੇ 9:30 ਤੋਂ 10:30 ਆਪ ਵੀ ਆਇਓ, 2-2-4-4 ਜਾਣਿਆਂ ਨੂੰ ਹੋਰ ਪ੍ਰੇਰਨਾ ਕਰਕੇ ਲਿਆਇਓ। ਪੜ੍ਹੋ ਪਿਆਰ ਦੇ ਨਾਲ ਫਿਰ ਸਮਾਪਤੀ। ਪਰਮਾਤਮ ਕੀ ਮਾਂ ਗੱਜ ਕੇ ਪ੍ਰਗਟੇ ਖਾਲਸਾ, ਚਲੋ ਬਾਕੀ ਦੇ ਜਕਾਰੇ ਆਪਣੇ ਆਪਣੇ ਘਰਾਂ 'ਚ ਜਾ ਕੇ ਲਾਇਓ, ਹੁਣ ਆਗਿਆ ਦਿਓ, ਫਤਿਹ ਸਾਰੇ ਬੁਲਾਓ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ।